ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਕੁਲਦੀਪ ਸਿੰਘ ਸਰਸਾ, ਜੋ ਕਿ ਪਰਸੋਂ ਇੱਕ ਲੜਕਾ ਕੁੰਡਲੀ SHO ਨੂੰ ਫੜਾਇਆ ਗਿਆ, ਔਰ ਉਸ ਲੜਕੇ ਨੇ ਜੋ ਇੱਥੇ ਸਾਡੇ ਕੋਲ ਮੀਡੀਆ ਦੇ ਸਾਹਮਣੇ ਗੱਲਬਾਤ ਕੀਤੀ, ਉਸਨੇ ਬਹੁਤ ਹੀ ਸਨਸਨੀਖੇਜ ਖੁਲਾਸੇ ਕੀਤੇ। ਉਹ ਲੜਕਾ ਜਿਹੜਾ ਸੀ, ਜਿਸ ਨੇ ਭੇਜਿਆ, ਉਹ SHO ਦਾ ਨਾਂ ਲੈ ਰਿਹਾ ਹੈ, ਅਤੇ ਇਸ ਦੇ ਨਾਲ ਨਾਲ ਉਹ ਦੱਸ ਰਿਹਾ ਹੈ ਕਿ ਸਾਡੀਆਂ ਜਿਹੜੀਆਂ ਡਿਊਟੀਆਂ ਨੇ, ਉਸ SHO ਨੇ, ਪ੍ਰਦੀਪ ਨਾਮ ਦਾ SHO ਆ ਜਿਹਦਾ ਉਹਨੇ ਨਾਂ ਲਿਆ, ਅਤੇ ਉਹ ਕਹਿੰਦਾ ਕਿ ਸਾਡੀਆਂ ਡਿਊਟੀਆਂ ਲੱਗੀਆਂ ਨੇ। ਉਹ 10 ਆਦਮੀਆਂ ਦਾ ਗਰੁੱਪ ਦੱਸਦਾ ਹੈ, ਜਿਸ ਦੇ ਵਿੱਚ 2 ਲੜਕੀਆਂ ਨੇ ਅਤੇ ਕੁਝ ਲੜਕੇ ਨੇ, ਔਰ ਉਸਨੇ ਸਾਰੀਆਂ ਗੱਲਾਂ ਜਿਹੜੀਆਂ ਨੇ ਵੱਖ ਵੱਖ ਸਾਰੀਆਂ ਦੱਸੀਆਂ ਕਿ ਕਿਸ ਤਰ੍ਹਾਂ ਸਾਨੂੰ ਜਿਹੜਾ ਹੈ ਇੱਥੇ ਭੇਜਿਆ ਗਿਆ, ਵੀ ਕੁਝ ਲੜਕੀਆਂ ਉਹਦੇ ਨਾਲ ਨੇ ਅਤੇ ਉਹ ਆਪ ਹੈ। ਅਤੇ ਉਹ ਕਹਿੰਦਾ ਕਿ ਤੁਸੀਂ, ਉਸਨੇ ਦੱਸਿਆ ਕਿ ਮੇਰੀ ਜਿਹੜੀ ਡਿਊਟੀ ਆ ਉਹ ਇਹ ਲਾਈ ਗਈ ਸੀ ਕਿ ਤੁਸੀਂ ਪਤਾ ਕਰਨਾ ਹੈ ਕਿ ਇਹ ਜਿਹੜੇ ਕਿਸਾਨ ਇੱਥੇ ਪੰਜਾਬ ਤੋਂ ਆਏ ਨੇ, ਇਹਨਾਂ ਦੇ ਜਿਹੜੇ ਨੇ ਕੋਲ ਕਿੰਨੇ ਕਿਸ ਕਿਸ ਕਿਸਮ ਦੇ ਹਥਿਆਰ ਨੇ, ਅਤੇ ਤੁਸੀਂ ਹਥਿਆਰ ਚੈੱਕ ਕਰਨੇ, ਅਤੇ ਹਥਿਆਰ 'ਚ ਚੈੱਕ ਕਰਨ ਦੀ ਜਿਹੜੀ ਉਹਨਾਂ ਨੂੰ ਵਿਉਂਤਬੰਦੀ ਦੱਸੀ ਗਈ, ਉਹ ਇਹ ਦੱਸਿਆ ਗਿਆ ਵੀ ਤੁਸੀਂ ਜਿਹੜੀਆਂ ਲੜਕੀਆਂ ਉਹਨਾਂ ਦੇ ਨਾਲ ਨੇ, ਉਸ ਲੜਕੀ ਨੂੰ ਛੇੜਨਾ ਅਤੇ ਫਿਰ ਰੌਲਾ ਪਾ ਦੇਣਾ, ਅਤੇ ਲੜਕੀ ਵੀ ਜਿਹੜੀ ਉਹ ਰੌਲਾ ਪਾਏਗੀ, ਅਤੇ ਵੀ ਪਹਿਲਾਂ ਪਹਿਲਾਂ ਅਤੇ ਉਸ ਟਾਈਮ ਦੇ ਉੱਤੇ ਜਿਹੜੇ ਇਹ ਪੰਜਾਬ ਤੋਂ ਆਏ ਕਿਸਾਨ ਪੰਜਾਬੀ ਜਿਹੜੇ ਨੇ, ਇਹ ਇੱਕਦਮ ਜਿਹੜਾ ਉਸ ਟਾਈਮ ਦੇ ਉੱਤੇ ਜਜ਼ਬਾਤ ਵਿੱਚ ਆ ਕੇ, ਅਤੇ ਇਹ ਲੜਕੀ ਦੀ ਹਿਫਾਜ਼ਤ ਵਾਸਤੇ ਇਹ ਹਥਿਆਰ ਵੀ ਕੱਢ ਲੈਣਗੇ। ਇਸ ਤਰ੍ਹਾਂ ਤੁਹਾਨੂੰ ਪਤਾ ਲੱਗੇਗਾ ਕੁਝ ਉਹਨਾਂ ਨੂੰ ਟਰਾਲੀਆਂ ਤੱਕ ਜਾ ਕੇ ਵੀ ਤੁਸੀਂ ਇਹਨਾਂ ਦੀ, ਸਾਰਿਆਂ ਦੀ ਕਿਸੇ ਵੀ ਤਰੀਕੇ ਨਾਲ ਦੱਸਿਆ ਗਿਆ ਵੀ ਤੁਸੀਂ ਹਥਿਆਰਾਂ ਦੀ ਚੈਕਿੰਗ ਕਰੋ ਵੀ ਇਹਨਾਂ ਕੋਲ ਕਿਸ ਕਿਸਮ ਦੇ ਹਥਿਆਰ ਨੇ। ਅੱਗੇ ਉਹ ਇਹ ਦੱਸਦਾ ਹੈ ਕਿ ਕੁਝ ਸਾਡੇ ਲੜਕਿਆਂ ਜਿਹੜੀ ਆ, ਸਾਡੇ ਸਾਥੀ ਨੇ, ਉਹਨਾਂ ਦੀ ਡਿਊਟੀ ਲਾਈ ਗਈ ਵੀ ਤੁਸੀਂ ਜਿਹੜੇ ਇੱਥੇ ਹਥਿਆਰ ਜਿਹੜੇ ਨੇ ਉਹ ਵੱਖ ਵੱਖ ਪੁਆਇੰਟ ਜਿਹੜੇ ਉਹਨੇ ਦੱਸੇ ਵੀ ਉਹਨਾਂ ਪੁਆਇੰਟਾਂ 'ਤੇ ਪਹੁੰਚਾਉਣੇ ਨੇ। ਅਤੇ ਉਹ ਦੱਸਦਾ ਹੈ ਕਿ ਜਿਹੜੀਆਂ 5-10 ਗੰਨਾਂ ਜਿਹੜੀਆਂ ਨੇ ਉਹ ਆ ਚੁੱਕੀਆਂ ਨੇ, 5 ਇੱਕ ਥਾਂ 'ਤੇ ਆਈਆਂ ਨੇ, 5 ਇੱਕ ਥਾਂ 'ਤੇ ਆਈਆਂ ਨੇ, ਔਰ ਉਹ ਗੰਨਾਂ ਜਿਹੜੀਆਂ ਨੇ ਅੱਗੇ ਫਿਰ ਜਿਸ ਜਿਸ ਬੰਦੇ ਕੋਲ ਭੇਜਣੀਆਂ ਨੇ ਉਹਨਾਂ 'ਤੇ, ਉਹਨੂੰ ਇਹ ਗੱਲ ਕਹੀ ਗਈ ਤੁਸੀਂ ਪਤਾ ਕਰਨਾ ਕਿ ਉਹ ਗੰਨਾ ਉੱਥੇ ਜਿਹੜਾ ਸਮਾਨ ਹੈ ਸਾਰਾ ਉਹ ਪਹੁੰਚ ਗਿਆ ਕਿ ਨਹੀਂ ਪਹੁੰਚ ਗਿਆ। ਫਿਰ ਇਸ ਤੋਂ ਬਗੈਰ ਉਹਨਾਂ ਨੇ ਜਿਹੜੀ ਆ ਇਹ ਹਥਿਆਰਾਂ ਦੀ ਜਿਹੜੀ ਆ ਵਰਤੋਂ ਕਿਸ ਤਰ੍ਹਾਂ ਕਰਨੀ ਆ, ਕਿੰਨੀ ਤਰੀਕ ਨੂੰ ਕਰਨੀ ਆ, ਉਹ ਦੱਸਦਾ ਕਿ 23 ਤੋਂ ਲੈ ਕੇ ਅਤੇ 25 ਤਰੀਕ ਤੱਕ ਜਿਹੜੇ ਇਹਨਾਂ ਦੇ ਆਗੂ ਨੇ, 4 ਆਗੂਆਂ ਦਾ ਨਾਂ ਲਿਆ ਗਿਆ, ਔਰ ਉਹਦੇ ਵਿੱਚ ਜਿਹੜਾ ਜਿਸ ਤਰ੍ਹਾਂ ਕਿ ਮੇਰਾ ਨਾਂ ਵੀ ਲਿਆ ਗਿਆ, ਅਤੇ ਫਿਰ ਬਲਬੀਰ ਸਿੰਘ ਰਾਜੇਵਾਲ, ਸਰਦਾਰ ਜਗਜੀਤ ਸਿੰਘ ਡੱਲੇਵਾਲ ਅਤੇ ਕੁਲਵੰਤ ਸਿੰਘ ਸੰਧੂ, 4 ਆਦਮੀਆਂ ਦੇ ਉਹਨੇ ਨਾਂ ਦੱਸੇ ਨੇ ਵੀ ਇਹਨਾਂ ਆਦਮੀਆਂ ਨੂੰ ਸ਼ੂਟ ਕਰਨ ਵਾਸਤੇ ਵੀ ਸਾਨੂੰ ਹਦਾਇਤ ਜਿਹੜੀ ਆ ਉਹ ਉਹਨਾਂ ਬੰਦਿਆਂ ਦੀ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ ਉਹਨਾਂ ਨੂੰ ਇਹ ਹਦਾਇਤ ਕੀਤੀ ਗਈ ਆ ਕਿ 4 ਆਦਮੀ ਜਿਹੜੇ ਨੇ ਸ਼ੂਟ ਕਰਨੇ ਆ। ਔਰ ਇਸ ਦੇ ਨਾਲ ਨਾਲ ਉਹ ਇਹ ਦੱਸ ਰਿਹਾ ਕਿ 26 ਤਰੀਕ ਨੂੰ ਜਿਹੜਾ ਜਦੋਂ ਚੱਲਣਾ ਇੱਥੋਂ ਟਰੈਕਟਰ ਰੈਲੀ ਜਿਹੜੀ ਨਿਕਲਣੀ ਆ ਉਹਨੂੰ ਕਿਸ ਤਰੀਕੇ ਨਾਲ ਰੋਕਣਾ, ਵੀ ਉਹਦੇ ਵਿੱਚ ਕੁਛ ਆਦਮੀ ਜਿਹੜੇ ਨੇ ਸਿਵਲੀਅਨ ਆਦਮੀ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਨੇ, ਉਹ ਕੁਝ ਤਾਂ ਪੁਲਿਸ ਵਰਦੀ ਵਿੱਚ ਹੋਣਗੇ, ਉਹ ਪੁਲਿਸ ਵਾਲੇ ਪਾਸੇ ਹੋਣਗੇ, ਕੁਝ ਆਦਮੀ ਇਸ ਤਰ੍ਹਾਂ ਦੇ ਹੋਣਗੇ ਜਿਹੜੇ ਸਿਵਲੀਅਨ ਹੋਣਗੇ ਅਤੇ ਉਹ ਵਰਦੀਆਂ ਨੇ ਸਿਵਲੀਅਨ, ਅਤੇ ਉਹ ਕਿਸਾਨਾਂ ਦੇ ਵਿੱਚ ਜਾਣਗੇ। ਕਿਸਾਨਾਂ ਵੱਲੋਂ ਇਸ ਮੋਰਚੇ ਨੂੰ ਖਦੇੜਨ ਵਾਸਤੇ ਜਿਹੜਾ ਹੈ ਉਹ ਟਰੈਕਟਰ ਰੈਲੀ ਦੇ ਵਿੱਚ ਭਗਦੜ ਮਚਾਉਣ ਲਈ, ਨੁਕਸਾਨ ਕਰਨ ਲਈ ਇਹ ਜਿਹੜਾ ਹੋਏਗਾ ਕਿ ਤੁਸੀਂ ਪੱਥਰ ਚਲਾਉਣਾ ਪੁਲਿਸ ਦੇ ਉੱਤੇ, ਪੁਲਿਸ ਜਿਹੜੀ ਆ ਉਹ ਪਹਿਲਾਂ ਜਿਹੜੀ ਆ ਹਵਾਈ ਫਾਇਰ ਕਰੇਗੀ, ਜੇ ਨਹੀਂ ਰੁਕਦੇ ਤਾਂ ਫਿਰ ਉਹ ਪੈਰਾਂ ਦੇ ਵਿੱਚ ਜਿਹੜੀ ਆ ਉਹ ਪੈਰਾਂ ਨੂੰ ਗੋਲੀਆਂ ਜਿਹੜੀਆਂ ਉਹ ਮਾਰਨਗੇ, ਜਿਹੜੇ ਆਦਮੀ ਪੁਲਿਸ ਦੇ ਵਿੱਚ ਏਜੰਸੀਆਂ ਵੱਲੋਂ ਭੇਜੇ ਜਾਣੇ ਆ ਉਹਨਾਂ ਵੱਲੋਂ ਇਹ ਦੱਸਿਆ ਜਾ ਰਿਹਾ ਵੀ ਕਰਨਾ, ਜੇ ਨਹੀਂ ਤਾਂ ਫਿਰ ਤੁਸੀਂ ਸਿੱਧੀਆਂ ਗੋਲੀਆਂ ਵੀ ਜਿਹੜੀਆਂ ਨੇ ਇਹ ਮਾਰ ਰਹੀਆਂ ਨੇ। ਸੋ ਇਸ ਤਰ੍ਹਾਂ ਦੀ ਵਿਉਂਤਬੰਦੀ ਜਿਹੜੀ ਕੀਤੀ ਗਈ ਆ, ਔਰ ਉਹ ਨਾਂ ਦੱਸ ਰਿਹਾ ਵੀ ਲੜਕੀਆਂ ਦੇ ਨਾਂ ਪੁੱਛੇ ਗਏ ਵੀ ਲੜਕੀਆਂ ਕੌਣ ਨੇ, ਉਹ ਲੜਕੀ ਦਾ ਨਾਂ ਦੱਸ ਰਿਹਾ ਸੀਮਾ, ਪੂਜਾ, ਇਸ ਤਰ੍ਹਾਂ ਲੜਕੀਆਂ ਦੇ ਨਾਂ ਵੀ ਦੱਸੇ ਨੇ। ਫਿਰ ਉਹ ਇਹ ਵੀ ਦੱਸਦਾ ਹੈ ਕਿ ਜਿਹੜੀ ਖੱਟੜ ਦੀ ਰੈਲੀ ਜਿਹੜੀ ਸੀ ਜਿਹਨੂੰ ਰੋਕ ਉੱਥੇ ਕਿਸਾਨਾਂ ਨੇ ਵਿਰੋਧ ਕੀਤਾ ਕਰਨਾਲ ਜ਼ਿਲ੍ਹੇ ਦੇ ਵਿੱਚ ਉਹਦੇ ਆਪਣੇ ਹਲਕੇ 'ਚ, ਉੱਥੇ ਵੀ ਉਹ ਕਹਿੰਦਾ ਕਿ ਸਾਡੀ ਡਿਊਟੀ ਲੱਗੀ ਸੀ ਅਤੇ ਉੱਥੇ ਸਾਡੇ ਕੋਲ ਡਾਂਗਾ ਸੀ ਅਤੇ ਅਸੀਂ ਲਾਠੀਚਾਰਜ ਕੀਤਾ।
ਇਸ ਤੋਂ ਬਗੈਰ ਉਹ ਪਿੱਛੇ ਹੋਰ ਚਲੇ ਜਾਂਦਾ ਕਿ ਜਿਹੜਾ ਜਾਟ ਅੰਦੋਲਨ ਹਰਿਆਣੇ 'ਚ ਹੋਇਆ ਸੀ ਉਸ ਸਮੇਂ ਵੀ ਉਸ ਅੰਦੋਲਨ ਨੂੰ ਫੇਲ ਕਰਨ ਵਾਸਤੇ ਜਿਹੜੀ ਸੀ ਉਹ ਸਾਡੇ ਤੋਂ ਸਹਾਇਤਾ ਲਈ ਸਾਨੂੰ ਉਦੋਂ ਵੀ ਵਰਤਿਆ ਗਿਆ ਅਤੇ ਉਹ SHO 1 ਦਾ ਹੀ ਨਾਂ ਲੈ ਰਿਹਾ। ਔਰ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਦੱਸੀਆਂ ਅਤੇ ਉਹ ਸਾਰੀ ਕਹਾਣੀ ਜਿਹੜੀ ਆ ਅਤੇ ਸਾਨੂੰ ਪਰਸੋਂ ਜਿਹੜਾ ਹੈ ਕਿ 22 ਤਰੀਕ ਸ਼ਾਮ ਨੂੰ ਜਦੋਂ ਅਸੀਂ ਰਾਤ ਨੂੰ ਜਦੋਂ ਉਹ ਪੜ੍ਹੇਗਾ ਸ਼ਾਮ ਨੂੰ ਪੜ੍ਹੇਗਾ ਅਤੇ ਰਾਤ ਨੂੰ 12 ਵਜੇ ਉਸੇ ਟਾਈਮ 'ਤੇ ਪ੍ਰੈਸ ਬੁਲਾ ਕੇ ਅਤੇ ਪੁਲਿਸ ਨੂੰ ਬੁਲਾ ਕੇ ਅਤੇ ਉਹ ਪੁਲਿਸ ਦੇ ਹਵਾਲੇ ਕੀਤਾ ਗਿਆ ਔਰ ਪੁਲਿਸ ਦੇ ਸਾਹਮਣੇ ਉਹ ਸਾਰੀ ਗੱਲਬਾਤ ਜਿਹੜੀ ਆ ਉਹ ਕਰ ਰਿਹਾ। ਪ੍ਰੈਸ ਨੂੰ ਉਹਨੇ ਸਾਰਾ ਕੁਝ ਦੱਸਿਆ ਔਰ ਉਸ ਤੋਂ ਬਾਅਦ ਅਸੀਂ ਪੁਲਿਸ ਦੇ ਹਵਾਲੇ ਕਰ ਦਿੰਦੇ ਹਾਂ। ਕੱਲ੍ਹ ਉਸ ਲੜਕੇ ਨੂੰ ਪੁਲਿਸ ਵੱਲੋਂ ਜਿਹੜਾ ਉਹ ਮੀਡੀਆ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਉਹ ਲੜਕਾ ਜਿਹੜਾ ਬਿਲਕੁਲ ਸਾਰੀਆਂ ਗੱਲਾਂ ਤੋਂ ਮੁੱਕਰ ਰਿਹਾ। ਉਹ ਕਹਿੰਦਾ ਉਹ ਸਾਡੇ 'ਤੇ ਇਲਜ਼ਾਮ ਉਲਟੇ ਲਾ ਰਿਹਾ ਕਿ ਕਿਸਾਨਾਂ ਵੱਲੋਂ ਜਿਹੜਾ ਉਹ ਮੈਨੂੰ ਸ਼ਰਾਬ ਪੈ ਗਈ, ਮੈਨੂੰ ਡਰਾਇਆ ਗਿਆ, ਡਰਾ ਕੇ ਮੇਰੇ ਕੋਲੋਂ ਸਟੇਟਮੈਂਟਾਂ ਦਿੱਤੀਆਂ ਗਈਆਂ। ਹੁਣ ਮੇਰਾ ਕਹਿਣਾ ਇਹ ਹੈ ਕਿ ਜੇਕਰ ਇਸ ਲੜਕੇ ਨੂੰ ਅਸੀਂ ਆਪ ਜੇ ਇਹ ਕੰਮ ਕੀਤਾ ਹੈ, ਉਹਨੂੰ ਸ਼ਰਾਬ ਪਿਆ ਕੇ ਉਦੋਂ ਮੂੰਹ ਕੋ ਗੱਲ ਕਰਾਈ ਆ, ਤਾਂ ਇਹਦੀ ਪੜਤਾਲ ਇਹ ਹੋਣੀ ਚਾਹੀਦੀ ਆ ਵੀ ਕੀ ਉਸ ਲੜਕੇ ਨੂੰ ਅਸੀਂ ਕੋਈ ਜਾਣਦੇ ਹਾਂ, ਕੀ ਉਹਨੂੰ ਕੋਈ ਅਸੀਂ ਲਾਲਚ ਦਿੱਤਾ। ਜਿਹੜੇ ਉਹਨੇ ਨਾਂ ਲਏ ਨੇ, ਜਿਸ ਤਰ੍ਹਾਂ ਲੜਕੀਆਂ ਦੇ ਨਾਂ ਲਏ ਨੇ ਸਿਮਰਨ, ਪੂਜਾ ਜਾਂ ਹੋਰ ਉਹਨੇ ਨਾਂ ਲਏ ਨੇ, ਕੀ ਇਹ ਨਾਂ ਅਸੀਂ ਦੱਸੇ ਉਹਨੂੰ? ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਇਹ ਜਿਹੜੀ ਸਰਕਾਰ ਹੈ ਇਹ ਆਪਣੀਆਂ ਏਜੰਸੀਆਂ ਦੇ ਰਾਹੀਂ, ਆਪਣੇ ਇਸ ਤਰ੍ਹਾਂ ਸ਼ਰਾਰਤੀ ਅਨਸਰਾਂ ਦੇ ਰਾਹੀਂ ਇਸ ਜਿਹੜਾ ਸੰਘਰਸ਼ ਹੈ ਇਹ ਜਿਹੜਾ ਬਹੁਤ ਸਿਖਰ 'ਤੇ ਇਸ 'ਤੇ ਜਾ ਚੁੱਕਾ ਹੈ। ਕਿਸਾਨ ਜਿਹੜੇ ਨੇ ਉਹ ਆਪਣੀਆਂ ਮੰਗਾਂ ਦੀ ਪ੍ਰਾਪਤੀ ਵਾਸਤੇ 4 ਸਫੇਰੇ ਜਿਹੜੇ ਲੱਗੇ ਹੋਏ ਨੇ ਅਤੇ ਔਰ ਲੱਖਾਂ ਟਰੈਕਟਰ ਜਿਹੜੇ ਨੇ ਉਹ ਇਸ ਟਾਈਮ ਦੇ ਉੱਤੇ ਜਿਹੜਾ ਅੱਜ ਦੀ ਤਰੀਕ 'ਚ 24 ਤਰੀਕ ਨੂੰ ਹੀ ਇੱਕ ਦਿਨ ਪਹਿਲਾਂ ਆ ਗਏ ਨੇ। ਅਜੇ ਹੋਰ ਪਿੱਛੇ ਬਹੁਤ ਸਾਰਾ ਟਰੈਕਟਰ ਜਿਹੜਾ ਹੈ ਉਹ ਵੱਖ ਵੱਖ ਸੂਬਿਆਂ ਤੋਂ ਆ ਰਿਹਾ। ਔਰ ਉਸਨੇ ਇਹ ਵੀ ਗੱਲ ਦੱਸੀ ਕਿ ਸਾਨੂੰ ਇਹ ਗੱਲ ਕਹੀ ਗਈ ਆ ਕਿ ਇਹ ਜਿਹੜੇ ਪੰਜਾਬ ਦੇ ਲੋਕ ਨੇ ਇਹ ਸਾਡੇ ਦੁਸ਼ਮਣ ਨੇ, ਇਹ ਖਾਲਿਸਤਾਨੀ ਨੇ, ਇਹ ਫਲਾਣੇ ਨੇ, ਇਹ ਸਾਡੇ ਜਿੰਨੇ ਵੀ ਇਲਜ਼ਾਮ ਸਾਡੇ 'ਤੇ ਜਿਹੜੀ ਸਰਕਾਰ ਜਿਸ ਤਰ੍ਹਾਂ ਲਾਉਂਦੀ ਆ ਉਹਨੇ ਸਾਰੇ ਸਾਡੇ 'ਤੇ ਇਲਜ਼ਾਮ ਲਾਏ। ਸੋ ਉਸ ਲੜਕੇ ਨੂੰ ਪ੍ਰੈਸ ਦੇ ਸਾਹਮਣੇ ਲਿਆ ਕੇ ਸਾਡੇ ਖਿਲਾਫ ਬੁਲਾਉਣਾ ਇਹ ਸਾਬਤ ਕਰ ਰਿਹਾ ਹੈ ਕਿ ਸਰਕਾਰ ਅਤੇ ਏਜੰਸੀਆਂ ਇਹ ਇਸ ਅੰਦੋਲਨ ਨੂੰ ਬਿਨਾਂ ਕੁਛ ਪ੍ਰਾਪਤੀ, ਬਿਨਾਂ ਕਿਸਾਨਾਂ ਦੀਆਂ ਮੰਗਾਂ ਮੰਨਿਆਂ ਇਹ ਸਰਕਾਰ ਜਿਹੜੀ ਹੈ ਇਹਨੂੰ ਖਦੇੜਨਾ ਚਾਹੁੰਦੀ ਆ ਔਰ ਇਹਦੇ ਵਿੱਚ ਖਰਜ ਕਰਨੀ ਚਾਹੁੰਦੀ ਆ। ਔਰ ਮੁੱਕਰਨ ਦੀ ਜਿਹੜੀ ਇਹਨਾਂ ਦੀ ਆਦਤ ਆ, ਵੇਖੋ ਤੁਸੀਂ ਵੀ ਅਸੀਂ ਤਾਂ ਫੜਾ ਰਹੇ ਹਾਂ ਅਤੇ ਇਹ ਉਹਨਾਂ ਨੂੰ ਜਿਹੜਾ ਇਹ ਸਾਫ਼ ਕਰ ਰਹੇ ਨੇ, ਉਹਨਾਂ ਦੀਆਂ ਸਫਾਈਆਂ ਦੇ ਰਹੇ ਨੇ, ਇਹ ਉਲਟਾ ਸਾਡੇ 'ਤੇ ਇਲਜ਼ਾਮ ਲਾ ਰਹੇ ਨੇ। ਹੁਣ ਮੈਂ ਪੁੱਛਣਾ ਚਾਹੁੰਦਾ ਹੈ ਜਿਨ੍ਹਾਂ ਸੱਜਣਾਂ ਨੇ, ਪੁਲਿਸ ਵਾਲਿਆਂ ਨੇ ਜਾਂ ਹੋਰ ਏਜੰਸੀਆਂ ਨੇ ਉਹਨੂੰ ਪ੍ਰੈਸ ਦੇ ਸਾਹਮਣੇ ਲਿਆ ਕੇ ਸਾਡੇ 'ਤੇ ਇਲਜ਼ਾਮ ਲਾਏ ਨੇ ਅਤੇ ਇਹ ਜਿਹੜਾ ਲੜਕਾ ਹੈ ਇਹਨੂੰ ਜੀ ਸ਼ਰਾਬ ਪਿਆ ਕੇ ਅਤੇ ਇਹ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਇਹ ਸਾਰਾ ਪ੍ਰੈਸ ਦੇ ਸਾਹਮਣੇ ਲਿਆਂਦਾ ਗਿਆ। ਮੈਂ ਉਹਨਾਂ ਤੋਂ ਪੁੱਛਣਾ ਚਾਹੁੰਦਾ ਸੱਜਣਾ ਤੋਂ ਵੀ ਆਹ ਜਿਹੜੀ FIR ਮੇਰੇ ਵੱਲੋਂ ਜਿਹੜੀ 27 ਤਰੀਕ ਨੂੰ ਇੱਕ ਆਦਮੀ ਰਾਮ ਪ੍ਰਕਾਸ਼ ਨਾਂ ਦਾ ਆਦਮੀ ਜਿਹੜਾ ਉਹ ਫੜਾਇਆ ਜਾਂਦਾ ਹੈ ਔਰ ਉਹ ਆਦਮੀ ਫੜਾਉਣ 27 ਤਰੀਕ ਨੂੰ ਅਸੀਂ ਫੜਾਉਂਦੇ ਹਾਂ। ਆਹ ਜਿਹੜੀ ਹੈ ਇਹ 29 ਦਸੰਬਰ 2020 ਦੀ FIR ਨੰਬਰ 652 ਥਾਣਾ ਕੁੰਡਲੀ ਵਿੱਚ ਇਹ ਦਰਜ ਹੈ ਰਾਮ ਪ੍ਰਕਾਸ਼ ਦੇ ਨਾਂ 'ਤੇ ਔਰ ਇਹਦੇ ਵਿੱਚ ਹੋਰ ਧਾਰਾਵਾਂ ਤੋਂ ਬਗੈਰ 153 ਧਾਰਾ ਵੀ ਲੱਗੀ ਹੈ ਔਰ ਹੈਰਾਨੀ ਇਸ ਗੱਲ ਦੀ ਹੈ ਕਿ 27 ਤਰੀਕ ਨੂੰ ਇਹ ਆਦਮੀ ਫੜਾਇਆ ਜਾਂਦਾ, 29 ਤਰੀਕ ਨੂੰ ਇਹਦੇ ਖਿਲਾਫ਼ ਜਿਹੜੀ ਆ ਉਹ FIR ਹੁੰਦੀ ਆ। ਮੈਂ 27 ਤਰੀਕ ਨੂੰ ਫੜਾਉਣਾ ਪੁਲਿਸ ਦੇ ਹੈਂਡਓਵਰ ਕਰਦਾ ਔਰ 29 ਤਰੀਕ ਨੂੰ ਉਹਦੇ ਖਿਲਾਫ਼ FIR ਹੁੰਦੀ ਆ ਔਰ ਉੱਤੇ 153 ਧਾਰਾ ਵੀ ਲੱਗਦੀ ਆ। ਕੀ ਇਹ ਵੀ ਅਸੀਂ SHO 'ਤੇ ਦਬਾਅ ਪਾ ਕੇ ਜਿਹੜੀ ਆ FIR ਜਿਹੜੀ 153 ਧਾਰਾ ਲਾਈ ਆ ਲਵਾਈ ਅਸੀਂ? ਇਸ ਤਰ੍ਹਾਂ ਉਹ ਪਹਿਲਾਂ ਵੀ ਜਿਹੜੇ ਨੇ ਉਹ ਲੜਕੇ ਫੜਾਏ ਗਏ, ਜਿਹੜੇ 2 ਤਰੀਕ ਰਾਤ ਨੂੰ ਮੇਰੇ ਵੱਲੋਂ 6 ਲੜਕੇ ਫੜਾਏ ਗਏ ਨੇ ਔਰ ਤੁਸੀਂ ਸਾਰਿਆਂ ਨੇ ਵੇਖਿਆ ਹੋਊਗਾ ਕਿ ਉਸ ਟਾਈਮ 'ਤੇ ਜਦੋਂ ASI ਨੂੰ ਫੜਾਇਆ ਫਿਰ DSP ਬੁਲਾਇਆ ਅਤੇ ਉਹਨਾਂ ਸਾਰਿਆਂ ਦੇ ਪਸੀਨੇ ਛੁੱਟੇ ਨੇ ਅਤੇ ਉਂਗਲ ਦੇ ਨਾਲ ਉਹ ਪਸੀਨੇ ਪੂੰਝ ਰਹੇ ਆ। ਉਹਨਾਂ ਲੜਕਿਆਂ ਨੂੰ ਵੀ ਉਹ ਕਹਿੰਦਾ ਵੀ 10 ਲੜਕੇ ਨੇ ਸਾਡੇ ਨਾਲ, ਉਹਨਾਂ ਲੜਕਿਆਂ ਨੂੰ 15 ਲੜਕੇ ਉਹਨਾਂ ਨੇ ਦੱਸੇ। ਸੋ ਇਹ 10 ਤੋਂ 15 ਲੜਕੀਆਂ ਫੜਾਈਆਂ ਗਈਆਂ, ਲੜਕੇ ਫੜਾਏ ਗਏ, ਹੁਣ ਤੱਕ ਅਸੀਂ ਆਪ ਇਹ ਸਾਰੀ ਕਾਰਵਾਈ ਜਿਹੜੀ ਆ ਉਹ ਕਰ ਰਹੇ ਹਾਂ। ਅਤੇ ਮੈਂ ਪੁੱਛਣਾ ਚਾਹੁੰਦਾ ਵੀ ਆਹ ਜਿਹੜੀ FIR ਜਿਹੜੀ ਹੋਈ ਆ ਇਹਦੇ ਸੰਬੰਧ ਵਿੱਚ ਤੁਸੀਂ ਹੁਣ ਤੱਕ ਕੀ ਕੀਤਾ?
ਉੱਥੋਂ ਕੀ ਇਨਵੈਸਟੀਗੇਸ਼ਨ ਕਰਕੇ ਕੀ ਕਿੱਥੇ ਪਹੁੰਚੇ, ਉਹ ਕੌਣ ਆਦਮੀ ਸੀ ਜਿਹੜਾ ਸਨਸਨੀਖੇਜ਼ ਖੁਲਾਸੇ ਕਰ ਰਿਹਾ ਸੀ। ਪੁਲਿਸ ਨੇ 153 ਧਾਰਾ 153 ਧਾਰਾ ਜਿਹੜੀ ਆ ਉਹ ਲਾਈ ਆ। 153 ਧਾਰਾ ਦੇ ਤਹਿਤ ਉਹ ਤੋਂ ਪੁੱਛ ਪੜਤਾਲ ਕਰਕੇ ਅਤੇ 3 ਦਿਨ ਬਾਅਦ ਤੁਸੀਂ ਉਹਦੇ ਖਿਲਾਫ਼ FIR ਕਰਦੇ ਜੇ। 27 ਤਰੀਕ ਦਾ ਫੜਾਇਆ ਬੰਦਾ, 27 ਨੂੰ FIR ਨਹੀਂ, 28 ਨੂੰ ਨਹੀਂ, 29 ਨੂੰ ਜਾ ਕੇ ਤੀਸਰੇ ਦਿਨ ਹੁੰਦੀ ਆ। ਸੋ ਉਹਦੀ ਤੁਸੀਂ ਪੁੱਛ ਪੜਤਾਲ ਕਰਕੇ ਹੀ FIR ਕੀਤੀ ਹੋਊਗੀ ਨਾ। ਅਤੇ ਫਿਰ ਅੱਗੇ ਉਸ ਤੋਂ ਕੀ ਕੀਤਾ ਵੀ ਇਹ ਆਦਮੀ ਕਿਹਨੇ ਭੇਜਿਆ ਸੀ। ਸੋ ਇਸੇ ਤਰ੍ਹਾਂ ਇੱਕ ਇਹਨਾਂ ਨੇ ਹੋਰ ਵੀ ਕੰਮ ਕੀਤਾ, ਇਹ ਇੱਕ ਕੰਮ ਨਹੀਂ ਕਰ ਰਹੇ। ਆਹ ਜਿਹੜੀ ਚਿੱਠੀ ਆ ਇਹ BJP ਦੇ ਦਫ਼ਤਰ ਜਿਹੜੀ ਦਿੱਲੀ ਦਾ ਪ੍ਰਦੇਸ਼ਾ ਪ੍ਰਭਾਰੀ ਹੈ, ਪ੍ਰਦੇਸ਼ ਪ੍ਰਭਾਰੀ ਆ, BJP ਦਾ ਲੀਡਰ ਹੈ ਰਾਜੇਸ਼ ਭਾਟੀਆ, ਇਹਦੇ ਵੱਲੋਂ ਇਹ 15 ਜਨਵਰੀ ਨੂੰ ਚਿੱਠੀ ਜਿਹੜੀ ਆ ਉਹ ਰਿਲੀਜ਼ ਕੀਤੀ ਜਾਂਦੀ ਆ। ਔਰ ਇਸ ਚਿੱਠੀ ਦੇ ਵਿੱਚ ਇਹ ਰਾਜੇਸ਼ ਭਾਟੀਆ ਜਿਹੜਾ BJP ਦੇ ਵਰਕਰਾਂ ਅਤੇ ਸਮਾਜ ਸੇਵਕਾਂ ਨੂੰ ਸੰਬੋਧਨ ਹੋ ਕੇ ਕਹਿੰਦਾ ਹੈ ਕਿ ਜਿਹੜੀ ਕਿਸਾਨਾਂ ਅਤੇ ਸਰਕਾਰ ਵਿੱਚ ਇਸ ਅੰਦੋਲਨ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ, ਕਿਸਾਨ ਅੜੇ ਹੋਏ ਨੇ, ਉਹ ਕੋਈ ਗੱਲ ਸੁਣਨ ਨੂੰ ਗੱਲ ਮੰਨਣ ਨੂੰ ਤਿਆਰ ਨਹੀਂ, ਇਸ ਕਰਕੇ ਅਸੀਂ ਹੁਣ ਰਾਸ਼ਟਰ ਹਿੱਤ ਵਿੱਚ, ਇਹ BJP ਲੀਡਰ ਕਹਿ ਰਿਹਾ ਆਪਣੇ ਵਰਕਰਾਂ ਨੂੰ ਵੀ ਰਾਸ਼ਟਰ ਹਿੱਤ ਵਿੱਚ ਹੁਣ ਸਾਨੂੰ ਆਪ ਨੂੰ ਅੱਗੇ ਆਉਣਾ ਪਊਗਾ ਅਤੇ ਇਹ ਜਿਹੜੀ ਟਰੈਕਟਰ ਰੈਲੀ ਆ ਇਹ ਕਿਸੇ ਵੀ ਕਿਸਮ ਦੀ ਸਾਨੂੰ ਉੱਚ ਦੇਸ਼ ਤੋਂ ਵੀ ਇਹ ਦੇਸ਼ ਧਰੋਹੀ ਜਦੋਂ ਟਰੈਕਟਰ ਰੈਲੀ ਕੱਢਣਗੇ ਉਸ ਟਾਈਮ 'ਤੇ ਤੁਸੀਂ ਇਹਨਾਂ ਨੂੰ ਟਰੈਕਟਰ ਰੈਲੀ ਨਹੀਂ ਕੱਢਣ ਦੇਣੀ ਅਤੇ ਜਦੋਂ ਵੀ ਜੇ ਕੋਈ ਉੱਥੇ ਹਿੰਸਕ ਘਟਨਾ ਵਾਪਰਦੀ ਆ ਅਤੇ ਉਹਨਾਂ ਨੂੰ ਰੋਕਣ ਵਾਸਤੇ ਤਾਂ ਤੁਹਾਡੇ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਹੋਊਗੀ। ਔਰ ਇਸ ਤਰ੍ਹਾਂ ਦੇ ਨਾਲ ਇਹਦੇ ਬਾਰੇ ਮੈਂ ਸਾਰਾ ਪਹਿਲਾਂ ਆਇਆ ਤਾਂ ਇਸ ਚਿੱਠੀ ਦੇ ਬਾਰੇ ਸਰਕਾਰ ਵੀ ਕਹਿੰਦੀ ਆ ਕਿ ਇਹ ਜੀ ਉਹਨਾਂ ਨਹੀਂ ਲਿਖੀ ਅਤੇ ਜਿਹੜਾ ਪ੍ਰਦੇਸ਼ ਪ੍ਰਭਾਰੀ ਆ ਦਿੱਲੀ ਤੋਂ ਰਾਜੇਸ਼ ਭਾਟੀਆ ਜਿਹੜਾ ਜਿਹਦੀ ਲੈਟਰ ਪੈਡ ਦੇ ਉੱਤੇ ਅਤੇ ਉਹਦੇ ਦਸਖਤਾਂ ਦੇ ਤਹਿਤ ਚਿੱਠੀ ਤਹਿ ਜਾਰੀ ਹੁੰਦੀ ਆ, ਮੈਂ ਇਹ ਗੱਲ ਪੁੱਛਣੀ ਚਾਹੁੰਦਾ ਸਰਕਾਰ ਤੋਂ ਅਤੇ ਉਸ ਪ੍ਰਦੇਸ਼ ਪ੍ਰਭਾਰੀ ਤੋਂ ਅਤੇ ਦਿੱਲੀ ਪੁਲਿਸ ਤੋਂ ਵੀ ਇਹ ਦੱਸੋ ਵੀ ਉਹ ਕਹਿੰਦਾ ਕਿ ਸਾਡੇ ਲੈਟਰ ਪੈਡ ਦੀ ਦੁਰਵਰਤੋਂ ਕੀਤੀ ਗਈ ਆ। ਮੰਨ ਲਿਆ ਕਿ ਲੈਟਰ ਪੈਡ ਦੀ ਦੁਰਵਰਤੋਂ ਕੀਤੀ ਗਈ, ਉਹ ਲੈਟਰ ਪੈਡ ਚੋਰੀ ਕਿਹਨੇ ਕੀਤਾ ਇਹਨਾਂ ਦਾ, ਚੋਰੀ ਕਰਨ ਤੋਂ ਬਾਅਦ ਉਹ ਅੱਗੇ ਕਿਹਨੂੰ ਦਿੱਤਾ, ਉਸ 'ਤੇ ਜਿਹੜੀ ਸੀ ਉਹ ਜਿਹੜਾ ਇਹ ਚਿੱਠੀ ਜਿਹੜੀ ਲਿਖੀ ਗਈ ਆ ਉਹ ਕਿਸ ਕੰਪਿਊਟਰ ਤੋਂ ਜਿਹੜੀ ਸੀ ਉਹ ਟਾਈਪ ਕਰਾਈ ਗਈ, ਉਹਨੂੰ ਸੋਸ਼ਲ ਉੱਤੇ ਜਿਹੜੇ ਦਸਖਤ ਕੀਤੇ ਰਾਜੇਸ਼ ਭਾਟੀਆ ਦੇ ਉਹ ਦਸਖਤ ਕਰਨ ਵਾਲਾ ਕੌਣ ਆਦਮੀ ਆ ਅਤੇ ਉਹਨੂੰ ਫਿਰ ਸੋਸ਼ਲ ਮੀਡੀਆ 'ਤੇ ਕਿਹਨੇ ਪਾਇਆ। 15 ਤਰੀਕ ਨੂੰ ਸੋਸ਼ਲ ਮੀਡੀਆ 'ਤੇ ਚਿੱਠੀ ਪੈਂਦੀ ਆ, ਵਾਇਰਲ ਹੋ ਜਾਂਦੀ ਆ ਅਤੇ ਉਸ ਤੋਂ ਬਾਅਦ 16 ਤਰੀਕ ਨੂੰ ਮੇਰੇ ਵੱਲੋਂ ਉਸ ਚਿੱਠੀ ਦੇ ਪਰਦੇ ਫਾਸ ਕੀਤੇ ਜਾਂਦੇ ਆ। ਮੈਂ ਉਸ ਟਾਈਮ 'ਤੇ ਪਠਾਨਕੋਟ ਸੀ, ਜੀ ਨਿਊਜ਼ 'ਤੇ, ਆਜ ਤੱਕ ਚੈਨਲ 'ਤੇ, ਇਹ ਸਾਰਿਆਂ 'ਤੇ ਮੈਂ ਗੱਲ ਕਰਦਾ ਅਤੇ ਉਸ ਤੋਂ ਬਾਅਦ ਰਾਜੇਸ਼ ਭਾਟੀਆ ਇਹਦਾ ਜਿਹੜਾ ਖੰਡਨ ਕਰਦਾ ਕਿ ਇਹ ਜਿਹੜੀ ਸਾਡੀ ਚਿੱਠੀ ਆ ਇਹ ਨਹੀਂ, ਇਹ ਸਾਡੇ ਲੈਟਰ ਪੈਡ ਦੀ ਦੁਰਵਰਤੋਂ ਕੀਤੀ ਗਈ ਆ। ਮੈਂ ਪੁੱਛਣਾ ਚਾਹੁੰਦਾ ਇਸ ਰਾਜੇਸ਼ ਭਾਟੀਆ ਜੀ ਤੋਂ, ਦਿੱਲੀ ਪੁਲਿਸ ਤੋਂ ਅਤੇ ਕੇਂਦਰ ਸਰਕਾਰ ਤੋਂ ਵੀ ਜੇਕਰ ਤੁਹਾਡੇ ਇਸ ਲੈਟਰ ਪੈਡ ਦੀ ਚਿੱਠੀ ਆ ਅਤੇ ਉਹ ਜਿਹੜੀਆਂ ਮੈਂ ਗੱਲਾਂ ਕੀਤੀਆਂ ਨੇ, ਜਿਹੜੇ ਮੈਂ ਸਵਾਲ ਕੀਤੇ ਨੇ, ਇਹਨਾਂ ਸਵਾਲਾਂ ਦਾ ਜਵਾਬ ਦਿਓ ਫਿਰ ਤੁਸੀਂ। ਕਿਸ ਨੇ ਚਿੱਠੀ ਜਿਹੜੀ ਸੀ ਉਹ ਲੈਟਰ ਪੈਡ ਕਿਹਨੇ ਜਿਹੜਾ ਸੀ ਚੋਰੀ ਕੀਤਾ, ਟਾਈਪ ਕਿਹਨੇ ਕਰਾਇਆ, ਸਾਈਨ ਕਿਹਨੇ ਕੀਤੇ, ਸੋਸ਼ਲ ਮੀਡੀਆ 'ਤੇ ਕਿਹਨੇ ਪਾਇਆ, ਫਿਰ ਤੁਸੀਂ ਮੇਰੇ ਕੋਲ ਚਿੱਠੀ ਆ ਸਕਦੀ ਆ, ਮੈਂ ਪ੍ਰੈਸ ਦੇ ਵਿੱਚ ਜਿਹੜਾ ਉਹਨੂੰ ਨਸ਼ਰ ਕਰਦਾ ਤਾਂ ਉਸ ਤੋਂ ਬਾਅਦ ਤੁਸੀਂ ਉੱਥੇ ਮੁਕਰਦੇ ਹੋ, ਪਹਿਲਾਂ ਕਿਉਂ ਨਹੀਂ, ਤੁਹਾਨੂੰ ਨਹੀਂ ਪਤਾ ਲੱਗਿਆ? ਜੇ ਮੈਨੂੰ ਪਤਾ ਲੱਗ ਸਕਦਾ, ਭਾਅ ਮੇਰਾ ਕਹਿੰਦਾ ਆ ਕਿ ਇਸ ਚਿੱਠੀ ਦੀ ਉਹਨਾਂ ਨੇ ਜਿਹੜੀ ਵਰਤੋਂ ਕਰਨੀ ਸੀ ਉਹ ਤਾਂ ਹੋ ਗਈ, ਇਸ ਚਿੱਠੀ ਦੇ ਰਾਹੀਂ ਉਹ ਆਪਣੇ ਵਰਕਰਾਂ ਨੂੰ ਜੋ ਕਹਿਣਾ ਚਾਹੁੰਦੇ ਸੀ ਉਹ ਮੈਸੇਜ ਉਹਨਾਂ ਤੱਕ ਪਹੁੰਚਾ ਦਿੱਤਾ ਅਤੇ ਹੁਣ ਉਹ ਬਾਅਦ 'ਚ ਮੁੱਕਰ ਗਏ। ਇਹ ਤੋਂ ਵੀ ਮੁੰਡਿਆਂ ਨੂੰ ਜਿਹੜਾ ਆਹ ਲੜਕਾ ਸੀ ਫੜਾਇਆ, ਇਹਦੇ ਸੰਬੰਧ 'ਚ ਵੀ ਇਹ ਦਰਖਾਸਤ ਜਿਹੜੀ ਆ ਇਹ ਦਿੱਤੀ ਗਈ ਆ। ਇਹ ਜਿਹੜਾ ਮੁੰਡਾ ਪਰਸੋਂ ਫੜਾਇਆ ਗਿਆ, ਹੁਣੇ ਹੁਣੇ ਮੇਰੀ SHO ਦੇ ਨਾਲ ਗੱਲ ਹੋਈ ਆ ਕੁੰਡਲੀ ਨਾਲ ਵੀ ਤੁਸੀਂ ਉਸ ਲੜਕੇ ਦਾ ਕੀ ਕੀਤਾ ਹੈ, ਅਤੇ SHO ਮੈਨੂੰ ਇਹ ਗੱਲ ਕਹਿ ਰਿਹਾ ਕਿ ਅਸੀਂ ਬਾਬਾ ਜੀ ਉਹਨੂੰ ਵੈਰੀਫਾਈ ਕਰ ਰਹੇ ਹਾਂ, ਇੱਕ ਸਿੱਟ ਬਣਾਈ ਆ ਜਿਹਦੇ 'ਚ ਇੱਕ DSP ਆ, ਇੱਕ CI ਇੰਸਪੈਕਟਰ ਆ ਅਤੇ ਇੱਕ ਉਹ ਆਪ ਹੈ। ਹੁਣ ਵੇਖੋ ਕਿ ਇਹ ਜਿਹੜੀ ਉਹਨਾਂ ਤੋਂ ਪੁੱਛ ਗਿੱਛ ਕਰਕੇ ਜਿਨ੍ਹਾਂ ਦੇ ਜਿਹੜੀ ਪੁਲਿਸ ਦੇ ਉੱਤੇ ਖੁਦ ਇਲਜ਼ਾਮ ਉਹ ਮੁੰਡਾ ਲਾ ਰਿਹਾ, ਉਹੀ ਲੋਕ ਉਹਦੀ ਪੜਤਾਲ ਕਰ ਰਹੇ ਨੇ ਅਤੇ ਇਨਸਾਫ ਕਿੱਥੋਂ ਮਿਲੂਗਾ? ਜਿਹੜੇ ਪਹਿਲਾਂ ਮੁੰਡੇ ਫੜਾਏ ਉਹਨਾਂ 'ਤੇ ਕੋਈ ਨਹੀਂ, ਹੁਣ ਤੱਕ ਕਿੰਨੀਆਂ ਲੜਕੀਆਂ ਜਿਹੜੀਆਂ ਨੇ ਫੜਾਈਆਂ, ਕਿੰਨੇ ਮੁੰਡੇ ਜਿਹੜੇ ਫੜਾਏ ਆ, ਅਤੇ ਆਹ ਜਿਹੜੀ FIR ਵੀ ਹੋਈ ਆ, ਲਿਖਤੀ ਦਰਖਾਸਤਾਂ ਦਿੱਤੀਆਂ ਨੇ, ਇਹ 'ਤੇ ਕੋਈ ਨਹੀਂ। ਸੋ ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਅੱਜ ਕੇਂਦਰ ਸਰਕਾਰ ਜਿਹੜੀ ਆ, ਮੈਂ ਸ਼ੁਰੂ ਤੋਂ ਲੈ ਕੇ ਕਹਿੰਦਾ ਆ ਰਿਹਾ ਕਿ ਇਸ ਸੰਘਰਸ਼ ਨੂੰ ਲੰਬਾ ਕਿਉਂ ਕਰ ਰਹੀ ਆ, ਉਹ ਫੈਸਲਾ ਕਿਉਂ ਨਹੀਂ ਕਰ ਰਹੀ, ਇਹਦੇ ਪਿੱਛੇ ਇੱਕ ਸੋਚ ਹੈ। ਸੋਚ ਕੀ ਹੈ
ਕਿ ਇਹ ਜਿੰਨਾ ਲੰਬਾ ਚੱਲੇਗਾ ਵੀ ਇਹ ਲੋਕ ਆਉਣੋਂ ਹਟ ਜਾਣਗੇ। ਜਦੋਂ ਉਹਨਾਂ ਨੇ ਇਹ ਵੇਖਿਆ ਵੀ ਲੋਕ ਤਾਂ ਦਿਨੋ ਦਿਨ ਵੱਧਦੇ ਜਾ ਰਹੇ ਨੇ, ਜਿਵੇਂ ਕਿ ਅੱਜ 24 ਜਨਵਰੀ 2021 ਨੂੰ ਜਿਹੜੀ ਅਸੀਂ ਟਰੈਕਟਰ ਜਿਹੜੀ ਪਰੇਡ ਜਿਹੜੀ ਕਰ ਰਹੇ ਹਾਂ ਦੇ ਗਣਤੰਤਰ ਦਿਵਸ ਦੇ ਉੱਤੇ, ਉੱਥੇ ਸਾਡੇ ਟਰੈਕਟਰ ਪਹੁੰਚ ਚੁੱਕੇ ਨੇ ਅਤੇ ਸਾਡੀਆਂ ਝਾਕੀਆਂ ਜਿਹੜੀਆਂ ਨੇ ਉਹ ਤਿਆਰ ਹੋ ਰਹੀਆਂ ਨੇ। ਝਾਕੀਆਂ ਕਿਸ ਕਿਸਮ ਦੀਆਂ ਹੋਣਗੀਆਂ? ਜਿਸ ਤਰ੍ਹਾਂ ਕਿ ਇਹ ਜਿਹੜੇ ਕਿਸਾਨ ਨੇ, ਸਭ ਤੋਂ ਪਹਿਲਾਂ ਜਿਸ ਤਰ੍ਹਾਂ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿਸਾਨ ਨੂੰ ਮਾਲਕੀ ਦੇ ਹੱਕ ਦਿੱਤੇ ਸੀ, ਔਰ ਇਸੇ ਤਰ੍ਹਾਂ 26 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਵੀ ਉਹਨਾਂ ਦਾ ਹੈਗਾ ਜਨਮਦਿਨ ਹੈ, ਉਹ ਵੀ ਮਨਾਇਆ ਜਾਣਾ, ਉਹਨਾਂ ਦੀ ਵੀ ਹੋਏਗੀ। ਇਸੇ ਤਰ੍ਹਾਂ ਜਿਹੜੇ ਇਹ ਕਿਸਾਨ ਇੱਕ 150 ਦੇ ਕਰੀਬ ਇਸ ਟਾਈਮ 'ਤੇ 150 ਦੇ ਹੋਰ ਜਿਹੜੇ ਨੇ ਇਸ ਮੋਰਚੇ ਦੀ ਜਿਹੜਾ ਉਹ ਬਲੀ ਦੇ ਚੁੱਕੇ ਨੇ, ਮੋਰਚੇ ਦੇ ਸੰਬੰਧ ਸਰਕਾਰ ਨੇ ਉਹਨਾਂ ਦੀ ਕੁਰਬਾਨੀ ਲੈ ਲਈ ਆ, ਔਰ ਇਸ ਤਰ੍ਹਾਂ ਦੀਆਂ ਚਿੱਠੀਆਂ ਲਿਖ ਕੇ ਇਸ ਸੰਘਰਸ਼ ਨੂੰ ਲੰਬਾ ਕਰਕੇ ਅਤੇ ਇਹਦੇ ਵਿੱਚ ਸ਼ਰਾਰਤੀ ਅਨਸਰ ਭੇਜ ਕੇ ਇਹ ਪਤਾ ਨਹੀਂ ਕਿਸ ਤਰ੍ਹਾਂ ਦਾ ਖੂਨ ਖਰਾਬਾ ਕਰਾਉਣਾ ਚਾਹੁੰਦੇ। ਜਿਹੜੀ ਹੁਣ ਇਸ ਟਾਈਮ 'ਤੇ ਅੱਜ ਪਰਸੋਂ ਨੂੰ ਇੱਥੋਂ ਪਰੇਡ ਦੇ ਵਿੱਚ ਦਿੱਲੀ ਕਿਸਾਨ ਜਿਹੜੇ ਨੇ ਉਹ ਸ਼ਾਮਿਲ ਹੋਣ ਵਾਸਤੇ ਆਪਣੀ ਟਰੈਕਟਰ ਪਰੇਡ ਜਿਹੜੀ ਆ ਉਹ ਕਰਨ ਵਾਸਤੇ ਆਏ ਨੇ, ਅਤੇ ਕੱਲ੍ਹ ਜਿਹੜੀ ਆ ਉਹ ਸਰਕਾਰ ਵੱਲੋਂ ਸਾਨੂੰ ਜਿਹੜੀ ਆ ਇਹ ਲਿਖਤੀ ਪਰਮਿਸ਼ਨ ਮਿਲ ਗਈ ਆ, ਹੁਣ ਅਸੀਂ ਇਹ ਦਿੱਲੀ ਦੇ ਵਿੱਚ ਜਾਵਾਂਗੇ, ਉਹ ਰੂਟ ਸਾਡੇ ਤੈਅ ਕੀਤੇ ਗਏ ਆ। ਸੋ ਅਸੀਂ ਬਿਲਕੁਲ ਜਿਸ ਤਰ੍ਹਾਂ ਮੈਂ ਬੇਨਤੀ ਕਰਾਂ ਕਿ ਸ਼ਾਂਤਮਈ ਸੰਘਰਸ਼ ਸ਼ੁਰੂ ਕੀਤਾ ਸੀ, ਸ਼ਾਂਤਮਈ ਚੱਲਿਆ, ਔਰ ਅੱਗੇ ਵੀ ਸਾਡੇ ਵੱਲੋਂ ਸ਼ਾਂਤਮਈ ਰਹੇਗਾ, ਤਾਂ ਹੀ ਅਸੀਂ ਆਪਣੇ ਜਿਹੜੇ ਵੀ ਸਾਡੇ ਵਲੰਟੀਅਰ ਨੇ ਉਹ ਰਾਤ ਦਿਨ ਕਰ ਰਹੇ ਨੇ। ਮੈਂ ਖੁਦ ਰਾਤ 2-2 ਵਜੇ ਤੱਕ, 3-3 ਵਜੇ ਤੱਕ, ਅੱਜ 4 ਰਾਤਾਂ ਹੋ ਗਈਆਂ, 3 ਵਜੇ ਤੋਂ ਪਹਿਲਾਂ ਨਹੀਂ ਕਦੇ ਸੁੱਤੇ। ਸੋ ਇਸ ਤਰ੍ਹਾਂ 3-3 ਵਜੇ ਤੱਕ ਸਾਰੀ ਰਾਤ ਪਹਿਰਾ ਦੇਣਾ, ਦਿਨੇ ਵੀ ਸਾਰਾ ਦਿਨ ਜਿਹੜਾ ਕਰਨਾ। ਸਾਡੇ ਸਾਰੇ ਜਿਹੜੇ ਆਗੂ ਨੇ ਉਹ ਬਹੁ ਗਿਣਤੀ ਤਾਦਾਦ ਵਿੱਚ ਜਿਹੜੇ ਆਗੂ ਨੇ ਉਹ ਇਹ ਕੰਮ ਕਰ ਰਹੇ ਨੇ। ਸਾਡੇ ਨੌਜਵਾਨ ਜਿਹੜੇ ਨੇ ਉਹ ਬਹੁਤ ਵੱਡੀ ਪੱਧਰ 'ਤੇ, ਜਿਸ ਤਰ੍ਹਾਂ ਕਿ ਕਬੱਡੀ ਦੇ ਜਿਹੜੇ ਪਹਿਲਵਾਨ ਨੇ ਸਾਡੇ ਕੋਲ ਇੱਥੇ ਕੰਮ ਕਰਨੇ, ਮੈਂ ਨਾ ਕਿਸੇ ਦਾ ਨਾਂ ਲਵਾਂ, ਜੇ ਨਾ ਇੱਕ ਦਾ ਲਿਆ ਗਿਆ ਤਾਂ ਬਹੁਤ ਲੰਬੀ ਲਿਸਟ ਹੈ। ਸਮੁੱਚੇ ਤੌਰ 'ਤੇ ਨੌਜਵਾਨ ਜੋਸ਼ ਦੇ ਨਾਲ, ਜਿੱਥੇ ਉਹਨਾਂ ਦੇ ਵਿੱਚ ਜੋਸ਼ ਹੈ ਉੱਥੇ ਹੋਸ਼ ਤੋਂ ਕੰਮ ਲੈ ਰਹੇ ਨੇ, ਉਹ ਹਰ ਤਰ੍ਹਾਂ ਦੀ ਸੇਵਾ ਜਿਹੜੀ ਹੈ ਇੱਥੇ ਨਿਭਾ ਰਹੇ ਨੇ। ਅਤੇ ਹੁਣ ਮੈਂ ਇੱਕ ਇਹ ਵੀ ਬੇਨਤੀ ਕਰਾਂਗਾ ਕਿ ਸਰਕਾਰ ਵੱਲੋਂ ਜਿਹੜੇ ਇਸ ਤਰ੍ਹਾਂ ਦੇ ਹੱਥ ਕੰਡੇ ਅਪਣਾਏ ਜਾ ਰਹੇ ਨੇ, ਮੈਂ ਸਰਕਾਰ ਨੂੰ ਆਪਣੇ ਵੱਲੋਂ ਅਪੀਲ ਕਰਦਾ ਕਿ ਇਸ ਦੇਸ਼ ਦੇ ਜਿਹੜੇ ਹਾਲਾਤ ਨੇ, ਜਿਸ ਤਰ੍ਹਾਂ ਪਹਿਲਾਂ ਲੰਬਾ ਸਮਾਂ ਇਸ ਦੇਸ਼ ਦੇ ਸਾਰੇ ਲੋਕਾਂ ਨੇ, ਆਮ ਲੋਕਾਂ ਨੇ, ਜਿਵੇਂ ਪੰਜਾਬ ਦੇ ਲੋਕਾਂ ਨੇ ਤਾਂ ਬਹੁਤ ਵੱਡੇ ਪੱਧਰ 'ਤੇ ਸੰਤਾਪ ਆਪਣੇ ਪਿੰਡੇ 'ਤੇ ਹੰਢਾਇਆ, ਨੌਜਵਾਨੀ ਸਾਡੀ ਬਹੁਤ ਹੋਈ ਆ, ਅਤੇ ਦੁਬਾਰਾ ਉਸ ਤਰ੍ਹਾਂ ਦੇ ਹਾਲਾਤ ਨਹੀਂ ਬਣਨੇ ਚਾਹੀਦੇ। ਕਿਉਂਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਕੇਵਲ ਇਹ ਕਹਿ ਰਹੀ ਆ ਕਿ ਇਹ ਜਿਹੜਾ ਸੰਘਰਸ਼ ਚੱਲ ਰਿਹਾ ਇਹ ਕੇਵਲ ਪੰਜਾਬ ਦੇ ਲੋਕ ਨੇ, ਔਰ ਪੰਜਾਬ ਦੇ ਲੋਕ ਇੱਥੇ ਆਏ ਨੇ ਉਹਨਾਂ ਦੇ ਵਿੱਚੋਂ ਫਿਰ ਅੱਗੇ ਸਿੱਖਾਂ ਨੂੰ ਜਿਹੜਾ ਉਹ ਟਾਰਗੇਟ ਕੀਤਾ ਜਾ ਰਿਹਾ ਵੀ ਇਹ ਤਾਂ ਜੀ ਸਿੱਖਾਂ ਦਾ ਸੰਘਰਸ਼ ਹੈ, ਜਦੋਂ ਕਿ ਇਸ ਟਾਈਮ ਦੇ ਉੱਤੇ ਜਿਹੜਾ ਉਹ ਕੇਵਲ ਸਿੱਖਾਂ ਦਾ ਨਹੀਂ ਪੂਰੇ ਭਾਰਤ ਦੇ ਲੋਕਾਂ ਦਾ ਜਿਹੜਾ ਉਹ ਹੋ ਰਿਹਾ। ਔਰ ਸੁਪਰੀਮ ਕੋਰਟ ਜਿਹੜਾ ਉਹ ਵੀ ਇਸ ਗੱਲ ਨੂੰ ਮੰਨ ਚੁੱਕਾ ਹੈ ਕਿ ਇਹ ਜਿਹੜਾ ਸੰਘਰਸ਼ ਹੈ ਇਹ ਸ਼ਾਂਤਮਈ ਚੱਲ ਰਿਹਾ, ਅਤੇ ਜਦੋਂ ਸਰਕਾਰ ਨੇ, ਦਿੱਲੀ ਪੁਲਿਸ ਨੇ ਇੱਥੋਂ ਰੋਕਣ ਦੀ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਦਿੱਲੀ ਨਹੀਂ ਜਾਣ ਦੇਣਾ ਚਾਹੀਦਾ ਇਹ ਜਿਹੜੀ ਪਰੇਡ ਕਰ ਰਹੇ ਨੇ, ਅਤੇ ਮਾਣਯੋਗ ਸੁਪਰੀਮ ਕੋਰਟ ਨੇ ਵੀ ਦਿੱਲੀ ਪੁਲਿਸ ਨੂੰ ਕਹਿ ਦਿੱਤਾ ਕਿ ਭਾਈ ਉਹ ਕਿਹਨੂੰ ਇੱਥੇ ਤੁਸੀਂ ਦਿੱਲੀ 'ਚ ਆਉਣ ਦੇਣਾ, ਕਿਹਨੂੰ ਨਹੀਂ ਆਉਣ ਦੇਣਾ, ਇਹ ਤੁਹਾਡੀ ਜ਼ਿੰਮੇਵਾਰੀ ਆ। ਜਿਸ ਕਰਕੇ ਦਿੱਲੀ ਪੁਲਿਸ ਨੇ ਜਿਹੜਾ ਉਹ ਸਾਨੂੰ 26 ਤਰੀਕ ਨੂੰ ਦਿੱਲੀ ਦੇ ਵਿੱਚ ਇਹ ਟਰੈਕਟਰ ਪਰੇਡ ਜਿਹੜੀ ਆ ਉਹ ਕਰਨ ਵਾਸਤੇ ਗਣਤੰਤਰ ਦਿਵਸ 'ਤੇ ਇਹ ਜਿਹੜੀ ਆ ਲਿਖਤੀ ਪਰਮਿਸ਼ਨ ਜਿਹੜੀ ਆ ਉਹਦੇ ਨਾਲ ਸਹਿਮਤੀ ਹੋ ਗਈ ਆ, ਗੱਲਬਾਤ ਚੱਲ ਫਾਈਨਲ ਹੋ ਗਈ ਆ, ਉਹਨਾਂ ਨੇ ਰੂਟ ਬਣਾ ਦਿੱਤੇ ਆ, ਉਹਨਾਂ ਰੂਟਾਂ 'ਤੇ ਜਾਣਾ ਹੁਣ। ਔਰ ਇਸੇ ਤਰ੍ਹਾਂ ਜਿਹੜੀ ਆਮ ਸੰਸਾਰ ਦੇ ਵਿੱਚ ਇਸ ਟਾਈਮ ਦੇ ਉੱਤੇ ਗੱਲ ਜਿਹੜੀ ਚੱਲ ਰਹੀ ਆ ਉਹਦੇ ਵਿੱਚ ਵੀ ਸਾਰਾ ਇਹ ਪਤਾ ਲੋਕਾਂ ਨੂੰ ਲੱਗ ਰਿਹਾ ਹੈ ਵੀ ਇਹ ਇਸ ਟਾਈਮ 'ਤੇ ਇਕੱਲੇ ਪੰਜਾਬ ਦਾ ਜਾਂ ਸਿੱਖਾਂ ਦਾ ਮਸਲਾ ਨਹੀਂ, ਇਹ ਪੂਰੀ ਕਿਸਾਨੀ ਦਾ, ਔਰ ਕਿਸਾਨੀ ਦੇ ਨਾਲ ਇੱਥੇ ਕਿਸਾਨ ਨੂੰ ਜਿਹੜੀ ਮਾਰ ਪੈਣੀ ਆ ਵੱਡੇ ਪੱਧਰ 'ਤੇ ਪੈਣੀ ਆ, ਕਿਉਂਕਿ ਜੇ ਪ੍ਰਾਈਵੇਟ ਮੰਡੀਆਂ ਚਾਲੂ ਹੋ ਜਾਂਦੀਆਂ ਨੇ, ਸਰਕਾਰੀ ਮੰਡੀਆਂ ਖਤਮ ਹੋ ਜਾਂਦੀਆਂ ਨੇ, ਜਦੋਂ ਪ੍ਰਾਈਵੇਟ ਮੰਡੀਆਂ ਚੱਲ ਪਈਆਂ ਉਹਦੇ ਵਿੱਚ ਜਿਹੜੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਕਿਸੇ ਹਰ ਕਿਸਮ ਦੀ ਛੂਟ ਹੈ, ਉਹਨਾਂ ਨੂੰ ਕੋਈ ਲਾਇਸੈਂਸ ਬਣਾਉਣ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਕੋਈ ਮਾਰਕੀਟ ਫੀਸ ਦੇਣ ਦੀ ਜ਼ਰੂਰਤ ਨਹੀਂ, ਉਹਨਾਂ ਨੂੰ ਕਿਸੇ ਵੀ ਕਿਸਮ ਦੇ ਹੋਰ ਜਿਹੜੇ ਟੈਕਸ ਵਗੈਰਾ ਨੇ ਉਹ ਦੇਣ ਦੀ ਜ਼ਰੂਰਤ ਨਹੀਂ, ਅਤੇ ਉਹ 1-2 ਸਾਲ ਜਿਹੜੀ ਸਰਕਾਰੀ ਮੰਡੀਆਂ 'ਚ ਜਿਹੜੀ ਖਰੀਦ ਹੋ ਰਹੀ ਆ ਉਹਨਾਂ ਨਾਲੋਂ ਕੁਛ ਉੱਚੇ ਰੇਟ ਦੇ ਕੇ ਅਤੇ ਲੋਕਾਂ ਨੂੰ ਇੱਧਰ ਖਿੱਚ ਲੈਣਗੇ, ਸਰਕਾਰੀ ਮੰਡੀਆਂ ਖਤਮ ਹੋ ਜਾਣਗੀਆਂ, FCI ਵਰਗੀਆਂ ਏਜੰਸੀਆਂ ਖਤਮ ਹੋ ਜਾਣਗੀਆਂ। ਜਦੋਂ ਸਰਕਾਰ ਨੇ ਖਰੀਦ ਹੀ ਨਾ ਕੀਤੀ, ਜਿੱਥੇ ਕਿਸਾਨ ਦੀ ਲੁੱਟ ਹੋਣੀ ਆ ਉਹਨਾਂ ਨੂੰ ਮੁੜ ਕੇ ਬਾਅਦ ਦੇ ਵਿੱਚ ਮਰਜ਼ੀ ਦੇ ਰੇਟ ਦਿੱਤੇ ਜਾਣੇ ਆ,
ਜਿਵੇਂ ਕਿ ਅੱਜ ਬਿਹਾਰ ਦੇ ਕਿਸਾਨ ਦੀ ਹਾਲਤ ਹੈ, ਯੂਪੀ ਦੇ ਕਿਸਾਨ ਦੀ ਹਾਲਤ ਹੈ, ਇਸੇ ਤਰ੍ਹਾਂ ਇਹ ਪੰਜਾਬ, ਹਰਿਆਣਾ ਅਤੇ ਹੋਰ ਦੇਸ਼ਾਂ। ਸਾਡੀ ਤਾਂ ਮੰਗ ਇਹ ਆ ਕਿ MSP ਜਿਹੜੀ ਆ ਉਹ ਪੂਰੇ ਭਾਰਤ 'ਚ, ਅਸੀਂ ਤਾਂ ਇੱਥੋਂ ਅੱਗੇ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਜਿਹੜੇ ਇਸ BJP ਪਾਰਟੀ ਨੇ 2014 'ਚ ਲਿਖਤੀ ਵਾਅਦੇ ਕੀਤੇ ਸੀ ਉਹਦੀ ਮੰਗ ਕਰ ਰਹੇ ਹਾਂ। ਪਰ ਇਹ ਤਾਂ ਜਿਹੜੀ ਪਹਿਲਾਂ MSP ਚੱਲ ਰਹੀ ਆ ਉਹ ਵੀ ਖਤਮ ਕਰ ਰਹੇ ਨੇ। ਜਿਸ ਤਰ੍ਹਾਂ ਅੱਜ ਬਿਹਾਰ ਦੇ ਕਿਸਾਨ ਦੀ ਅਤੇ UP ਦੇ ਕਿਸਾਨ ਦੀ ਇਹ ਹਾਲਤ ਹੈ ਕਿ ਉਹਨਾਂ ਦਾ ਝੋਨਾ ਉੱਥੇ ਆਪਣੇ ਸੂਬਿਆਂ ਦੇ ਵਿੱਚ ਘੱਟ ਰੇਟ 'ਤੇ ਵੇਚਦਾ, ਜਿਸ ਕਰਕੇ ਉੱਥੋਂ ਦਾ ਕਿਸਾਨ, ਉੱਥੋਂ ਦੇ ਕਿਸਾਨ ਕੋਲੋਂ ਜਿਹੜੇ ਛੋਟੇ ਮੋਟੇ ਵਪਾਰੀ ਨੇ ਉਹ ਝੋਨਾ ਖਰੀਦਦੇ ਨੇ, ਉਹ ਝੋਨਾ ਖਰੀਦ ਕੇ ਅਤੇ ਫਿਰ ਪੰਜਾਬ 'ਚ ਅਤੇ ਹਰਿਆਣੇ 'ਚ ਲਿਆਉਂਦੇ ਨੇ, ਜਿੱਥੇ ਪੰਜਾਬ ਹਰਿਆਣੇ ਦੇ ਕਿਸਾਨਾਂ ਦਾ ਵੀ ਨੁਕਸਾਨ ਹੋ ਰਿਹਾ। ਸੋ ਇਹ ਕਿੱਡੀ ਵੱਡੀ ਪਲੈਨਿੰਗ ਚੱਲ ਰਹੀ ਹੈ। ਸੋ ਮੇਰਾ ਕਹਿਣ ਤੋਂ ਭਾਵ ਹੈ ਵੀ ਜਿੱਥੇ ਕਿਸਾਨ ਨੂੰ ਮਾਰ ਪੈਣੀ ਆ, ਉਹਦੇ ਨਾਲ ਨਾਲ ਮਜ਼ਦੂਰ ਜਿਹੜੇ ਆਮ ਖਪਤਕਾਰ ਨੇ, ਜਿਨ੍ਹਾਂ ਨੇ 2 ਟਾਈਮ ਦੀ ਰੋਟੀ ਖਾ ਕੇ, ਚਾਵਲ ਖਾ ਕੇ ਆਪਣੇ ਪੇਟ ਦੀ ਭੁੱਖ ਮਿਟਾਉਣੀ ਆ, ਉਹਨਾਂ ਦੇ ਉੱਤੇ ਬਹੁਤ ਵੱਡਾ ਕੁਹਾੜਾ ਚੱਲਣ ਵਾਲਾ। ਕਿਉਂਕਿ ਜਿਹੜੇ ਗਰੀਬ ਆਰਥਿਕਤਾ, ਜਿਹੜੇ ਗਰੀਬ ਲੋਕ ਨੇ, ਗਰੀਬੀ ਰੇਖਾ ਤੋਂ ਥੱਲੇ ਆ, ਜਿਨ੍ਹਾਂ ਨੂੰ 2 ਰੁਪਏ ਕਿਲੋ ਕਣਕ ਮਿਲਦੀ ਆ ਜਾਂ 1 ਰੁਪਈਏ ਕਿਲੋ ਚੌਲ ਮਿਲਦੇ ਨੇ ਜਾਂ ਜਿਨ੍ਹਾਂ ਨੂੰ ਦਾਲਾਂ ਜਿਹੜੀਆਂ ਨੇ ਸਸਤੇ ਰੇਟਾਂ 'ਤੇ ਮਿਲਦੀਆਂ ਨੇ ਸਰਕਾਰੀ ਕੋਟੇ 'ਚੋਂ, ਅਤੇ ਜਦੋਂ FCI ਵਰਗੀਆਂ ਏਜੰਸੀਆਂ ਖਤਮ ਹੋ ਗਈਆਂ, ਉਹਨਾਂ ਨੇ ਕੋਈ ਖਰੀਦ ਹੀ ਨਾ ਕੀਤੀ, ਅਤੇ ਜਦੋਂ ਸਰਕਾਰ ਖਰੀਦ ਹੀ ਨਹੀਂ ਕਰੇਗੀ ਅਨਾਜ ਦੀ, ਤਾਂ ਫਿਰ ਇਹ ਦੱਸੋ ਵੀ ਉਹਨਾਂ ਲੋਕਾਂ ਨੂੰ ਸਸਤੇ ਰੇਟ 'ਤੇ ਕਿਵੇਂ ਮਿਲੇਗਾ। ਸੋ ਇਸੇ ਤਰ੍ਹਾਂ ਜਿਹੜਾ ਮੁਲਾਜ਼ਮ ਹੈ ਉਹਨੂੰ ਤਨਖਾਹ ਭਾਵੇਂ ਜਿੰਨੀ ਮਰਜ਼ੀ ਮਿਲਦੀ ਆ, ਪਰ ਜਦੋਂ ਇਹਨਾਂ ਅਡਾਨੀਆਂ ਨੇ ਇਹ ਅਨਾਜ ਖਰੀਦ ਕੇ ਸਟੋਰ ਕਰ ਲਏ, ਜਿਸ ਤਰ੍ਹਾਂ ਹੁਣ ਪਿਆਜ਼ ਜਿਹੜਾ ਉਹ 4-5 ਰੁਪਏ ਕਿਲੋ ਇਹਨਾਂ ਨੇ ਕਿਸਾਨ ਦੇ ਕੋਲੋਂ ਖੇਤ 'ਚੋਂ ਖਰੀਦਿਆ, ਅਤੇ ਉਸ ਤੋਂ ਬਾਅਦ ਉਹ 50 ਰੁਪਏ ਤੋਂ ਲੈ ਕੇ 80-80 ਰੁਪਏ ਕਿਲੋ ਤੱਕ, 100 ਰੁਪਏ ਕਿਲੋ ਤੱਕ ਜਿਹੜਾ ਉਹ ਪਿਆਜ਼ ਵਿਕਿਆ, ਆਲੂ ਕੇਸ ਪਾ ਦਿਆ। ਸੋ ਮੇਰਾ ਕਹਿਣ ਤੋਂ ਭਾਵ ਆ ਕਿ ਜਦੋਂ ਕਾਰਪੋਰੇਟ ਘਰਾਣਿਆਂ ਨੇ ਸਸਤੇ ਰੇਟਾਂ 'ਤੇ ਅਨਾਜ, ਸਬਜ਼ੀਆਂ, ਫਲ ਇਹ ਸਾਰੀਆਂ ਚੀਜ਼ਾਂ ਖਰੀਦ ਕੇ ਸਟੋਰ ਕਰ ਲਈਆਂ, ਉਸ ਤੋਂ ਬਾਅਦ ਆਪਣੀ ਮਰਜ਼ੀ ਦੇ ਭਾਅ ਲਾਉਣਗੇ, ਅਤੇ ਸਾਰੇ ਲੋਕ ਜਿਨ੍ਹਾਂ ਨੇ ਵੀ ਖਪਤਕਾਰ ਨੇ ਜਿਹੜੇ ਉਹ ਸਾਰੇ ਦੇ ਸਾਰੇ ਉਹਨਾਂ ਦੀ ਜੇਬ ਦੇ ਜਿਹੜੀ ਆ ਉਹ ਕੱਟੀ ਜਾਵੇਗੀ ਇਹ ਸਾਰੇ ਲੋਕਾਂ ਦਾ। ਤਾਂ ਹੀ ਇਸ ਟਾਈਮ 'ਤੇ ਇਹ ਕਿਸਾਨ ਦੇ ਨਾਲ ਮਜ਼ਦੂਰ ਵੀ ਔਰ ਮੁਲਾਜ਼ਮ ਵੀ ਔਰ ਜਿੰਨੇ ਆੜ੍ਹਤੀ ਨੇ ਜਾਂ ਇਹ ਛੋਟੇ ਵਪਾਰੀ ਨੇ, ਕਾਰਪੋਰੇਟ ਘਰਾਣਿਆਂ ਨੂੰ ਛੱਡ ਕੇ ਜਿੰਨੇ ਛੋਟੇ ਵਪਾਰੀ ਨੇ ਜਾਂ ਦੁਕਾਨਦਾਰ ਨੇ, ਉਹ ਟੋਟਲ ਲੋਕ ਜਿਹੜੇ ਨੇ ਆ ਰਹੇ ਨੇ, ਜਿੰਨੇ ਬੁੱਧੀਜੀਵੀ ਨੇ, ਉਹ ਵਕੀਲ ਨੇ, ਚਾਹੇ ਕੋਈ ਰਿਟਾਇਰਡ ਜੱਜ ਨੇ, ਜਾਂ ਇਸ ਟਾਈਮ 'ਤੇ ਵੀ ਲਖਵਿੰਦਰ ਸਿੰਘ ਜਾਖਲ ਵਰਗੇ DIG ਦੇ ਅਹੁਦੇ ਤੋਂ ਅਸਤੀਫਾ ਦੇ ਕੇ ਆਉਂਦੇ ਨੇ, ਮੈਡਲ ਵਾਪਸ ਕਰ ਰਹੇ ਨੇ ਲੋਕ, ਇਹ ਕਿੰਨੇ ਲੋਕ ਨੇ ਪੜ੍ਹੇ ਲਿਖੇ ਜਿਹੜਾ ਨੌਜਵਾਨ, ਖਾਸ ਕਰਕੇ ਇਸ ਟਾਈਮ 'ਤੇ ਜਿਹੜਾ ਪੜ੍ਹਿਆ ਲਿਖਿਆ ਨੌਜਵਾਨ ਹੈ, ਜੇ ਮੈਂ ਨਾਂ ਲਵਾਂ ਤਾਂ ਬੜੀ ਲੰਬੀ ਲਿਸਟ ਹੈ, ਜਿਨ੍ਹਾਂ ਨੇ ਸੁਪਰੀਮ ਕੋਰਟ ਤੱਕ ਇਹ ਅਪੀਲਾਂ ਕਰਕੇ ਅਤੇ ਜਿਹੜਾ ਉਹ ਆਪਣੀ ਕਾਰਵਾਈ ਜਿਹੜੀ ਆ ਉਹ ਕਰ ਰਹੇ ਨੇ। ਸੋ ਬਹੁਤ ਦੂਰ ਤੱਕ ਇਹ ਗੱਲ ਜਿਹੜੀ ਆ ਉਹ ਪਹੁੰਚ ਰਹੀ ਆ, ਉਹ ਪਹੁੰਚ ਰਹੇ ਨੇ, ਆਪ ਉਹ ਕਰ ਰਹੇ ਨੇ, ਉਹ ਤੁਹਾਡੇ ਤੱਕ ਪਹੁੰਚ ਵੀ ਕਰ ਰਹੇ ਨੇ, ਤੁਹਾਨੂੰ ਆਪ ਦੱਸਣਗੇ ਵੀ ਕਿਸ ਤਰ੍ਹਾਂ ਉਹ ਗੱਲ ਕਰ ਰਹੀ ਆ। ਸੋ ਕਿਸ ਤਰ੍ਹਾਂ ਨੌਜਵਾਨਾਂ ਦੇ ਮਨ ਦੇ ਵਿੱਚ ਦਰਦ ਹੈ ਕਿਸਾਨੀ ਦੇ ਇਹ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਉਹ ਕਿੰਨੇ ਸਿੰਸੀਅਰ ਨੇ, ਅਤੇ ਆਮ ਲੋਕ ਜਿਹੜੇ ਨੇ ਇਸ ਟਾਈਮ 'ਤੇ, ਇਹ ਮੈਂ ਬੇਨਤੀ ਕਰਾਂ ਕਿ ਸਰਕਾਰ ਬਦਨਾਮ ਕਰ ਰਹੀ ਹੈ ਕਿ ਇਹ ਜਿਹੜਾ ਐਜੀਟੇਸ਼ਨ ਚੱਲ ਰਿਹਾ ਇਹ ਕੇਵਲ ਸਿੱਖਾਂ ਦਾ ਹੈ, ਇਹ ਪੰਜਾਬ ਦੇ ਲੋਕਾਂ ਦਾ, ਇਹ ਬਿਲਕੁਲ ਝੂਠ ਹੈ, ਇਹ ਬਿਲਕੁਲ ਗਲਤ ਹੈ, ਇਹ ਪੰਜਾਬ ਦਾ ਨਹੀਂ, ਇਹ ਹਰਿਆਣੇ ਤੋਂ ਵੀ ਅੱਗੇ ਲੰਘਿਆ। ਇਹ ਇਸ ਟਾਈਮ 'ਤੇ ਜਿਸ ਤਰ੍ਹਾਂ ਕਿ ਕੇਰਲਾ, ਆਂਧਰਾ, ਤੁਹਾਨੂੰ ਨਾ 26 ਤਰੀਕ ਦੀਆਂ ਜਿਹੜੀਆਂ ਝਾਕੀਆਂ ਨੇ ਨਾ ਉਹਨਾਂ ਤੋਂ ਪਤਾ ਲੱਗ ਜੂਗਾ ਵੀ ਇਹ 26 ਤਰੀਕ ਦਾ ਜਿਹੜਾ ਗਣਤੰਤਰ ਦਿਵਸ ਅਸੀਂ ਮਨਾ ਰਹੇ ਹਾਂ ਉਹ ਕਿੰਨੀ ਧੂਮਧਾਮ ਨਾਲ, ਅਤੇ ਉਹਦੇ ਵਿੱਚ ਜਿਹੜੀਆਂ ਝਾਕੀਆਂ ਹੋਣਗੀਆਂ ਕੀ ਉਹ ਪੰਜਾਬ ਦੀਆਂ ਹੀ ਨੇ? ਤੁਸੀਂ ਵੇਖ ਲਿਓ ਵੀ ਜਿੰਨੇ ਸਾਡੇ ਸੂਬੇ ਨੇ 29 ਸੂਬਿਆਂ ਦੀਆਂ ਝਾਕੀਆਂ, ਉਹ 'ਚ ਵੱਖ ਵੱਖ ਸੂਬਿਆਂ ਦੀਆਂ ਝਾਕੀਆਂ ਤੁਹਾਨੂੰ ਵੇਖਣ ਨੂੰ ਮਿਲਦੀਆਂ ਕਿ ਨਹੀਂ ਮਿਲਦੀਆਂ? ਉੱਥੇ ਵੱਖ ਵੱਖ ਸੂਬਿਆਂ ਦੇ ਲੋਕ, ਕੇਰਲਾ, ਆਂਧਰਾ, ਗੁਜਰਾਤ, MP ਅਤੇ UP, ਇਸ ਤਰ੍ਹਾਂ ਤਾਮਿਲਨਾਡੂ, ਸਾਰੇ ਸੂਬਿਆਂ ਦੇ ਜਿਹੜੇ ਲੋਕ ਨੇ ਉਹਨਾਂ ਦੀਆਂ ਝਾਕੀਆਂ ਤੁਹਾਨੂੰ ਵੇਖਣ ਨੂੰ ਮਿਲਣਗੀਆਂ। ਸੋ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਇਹ ਜਿਹੜਾ ਐਜੀਟੇਸ਼ਨ ਹੈ ਇਹ ਪੂਰੇ ਦੇਸ਼ ਦਾ, ਦੇਸ਼ ਤੋਂ ਅੱਗੇ ਨਿਕਲ ਕੇ ਇਹ ਪੂਰੇ ਸੰਸਾਰ ਦਾ ਐਜੀਟੇਸ਼ਨ ਬਣ ਗਿਆ। ਸੋ ਸਰਕਾਰ ਨੂੰ ਅਪੀਲ ਕਰਦਾ ਕਿ ਅਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਅੱਜ 24 ਤਰੀਕ ਹੈ ਅਤੇ ਤੁਸੀਂ ਇਹ ਪੂਰਨ ਤੌਰ 'ਤੇ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ, ਅੱਜ ਜਿਸ ਤਰ੍ਹਾਂ ਟਰੈਕਟਰ ਆ ਰਹੇ ਨੇ, ਇਹ ਲੋਕ ਆ ਰਹੇ ਨੇ, ਇਸ ਤੋਂ ਵੀ ਵੱਧ ਹੋਰ ਲੋਕ ਜਿਹੜੇ ਦੇਸ਼ ਦੇ ਇਹਨਾਂ ਨੂੰ ਵੇਖ ਕੇ ਉੱਠ ਰਹੇ ਨੇ, ਅਤੇ ਸੋ ਤੁਸੀਂ ਅੱਜ ਵੀ, ਅਜੇ ਸਮਾਂ ਹੈ, ਅੱਜ 24 ਤਰੀਕ ਹੈ ਅਤੇ ਤੁਸੀਂ
ਕੇਂਦਰ ਸਰਕਾਰ ਨੂੰ ਅਪੀਲ ਕਰਾਂਗਾ ਕਿ ਕਿਸਾਨਾਂ ਦੀਆਂ ਜਿਹੜੀਆਂ ਹੱਕੀ ਮੰਗਾਂ ਨੇ, ਤਿੰਨੇ ਖੇਤੀ ਕਾਨੂੰਨ ਰੱਦ ਕਰੋ, MSP ਪੂਰੇ ਭਾਰਤ 'ਚ ਲਾਗੂ ਕਰੋ, ਅਤੇ ਉਸ ਤੋਂ ਬਾਅਦ ਇਹ ਸ਼ਾਂਤਮਈ ਤਰੀਕੇ ਨਾਲ ਇਹ ਘਰਾਂ ਨੂੰ ਚਲੇ ਜਾਣ। ਅਤੇ ਇਹ ਵੀ ਗੱਲ ਕਹਾਂਗਾ ਵੀ ਜੇ ਕਿਸੇ ਵੀ ਕਿਸਮ ਦੀ ਕੋਈ ਵੀ ਇੱਥੇ ਅਪ੍ਰਿਆ ਘਟਨਾ, ਕੋਈ ਸ਼ਰਾਰਤ ਹੋਈ, ਕੋਈ ਕਤਲੋਗਾਰਤ ਹੋਈ ਜਾਂ ਕੋਈ ਹੋਰ ਘਟਨਾ ਨੂੰ ਅੰਜਾਮ ਦਿੱਤਾ ਗਿਆ, ਤਾਂ ਇਹਦਾ ਜਿਹੜੀ ਜ਼ਿੰਮੇਵਾਰੀ ਸਾਰੀ ਆ ਉਹ ਕੇਂਦਰ ਸਰਕਾਰ ਦੀ ਹੋਏਗੀ। ਪਰ ਇੱਕ ਗੱਲ ਮੈਂ ਕੇਂਦਰ ਸਰਕਾਰ ਨੂੰ ਇਹ ਵੀ ਦੱਸ ਦੇਣਾ ਚਾਹੁੰਦਾ, ਮੈਨੂੰ ਤੁਸੀਂ ਨੋਟਿਸ ਵੀ ਦਿੱਤਾ, NIA ਦੀ ਏਜੰਸੀ ਵੱਲੋਂ ਨੋਟਿਸ ਦਵਾਇਆ ਗਿਆ, ਔਰ ਇਹਨਾਂ ਮੁੰਡਿਆਂ ਨੇ ਜਿਹੜੇ ਖੁਲਾਸੇ ਕੀਤੇ ਨੇ, ਜਿਹੜੇ ਚਾਰ ਲੀਡਰਾਂ ਦਾ ਨਾਂ ਲੈ ਗਿਆ ਉਹਦੇ ਵਿੱਚ ਵੀ ਮੇਰਾ ਨਾਂ ਹੈ, ਕੀ ਮੈਨੂੰ ਤੁਸੀਂ ਡਰਾ ਰਹੇ ਹੋ? ਮੈਂ ਡਰਾਂਗਾ ਨਹੀਂ, ਬਿਲਕੁਲ ਨਹੀਂ ਡਰਾਂਗਾ। ਔਰ ਮੈਂ ਤਾਂ ਇਹ ਵੀ ਕਹਾਂਗਾ ਕਿ ਜਿਹੜੀਆਂ ਮੈਨੂੰ ਧਮਕੀਆਂ ਮਿਲ ਰਹੀਆਂ ਨੇ ਕਿ ਤੇਰੇ ਪਰਿਵਾਰ ਨੂੰ, ਤੇਰੇ ਬੱਚਿਆਂ ਨੂੰ, ਭਾਈ ਮੇਰੀ ਗੱਲ ਸੁਣੋ, ਮੈਂ ਕੇਂਦਰ ਸਰਕਾਰ ਨੂੰ ਅਤੇ ਏਜੰਸੀਆਂ ਨੂੰ ਸਾਰਿਆਂ ਨੂੰ ਦੱਸ ਦੇਣਾ ਚਾਹੁੰਦਾ, ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹਾਂ ਅਤੇ ਗੁਰੂ ਗੋਬਿੰਦ ਸਿੰਘ ਨੇ ਤਾਂ ਜ਼ੁਲਮ ਦੇ ਖਿਲਾਫ਼ ਉਸ ਟਾਈਮ 'ਤੇ ਹਿੰਦੂ ਧਰਮ ਦੀ ਬਚਾਉਣ ਵਾਸਤੇ, ਕਿਉਂਕਿ ਉਸ ਟਾਈਮ 'ਤੇ ਦਿੱਲੀ ਤਖ਼ਤ 'ਤੇ ਬੈਠਾ ਜਿਹੜਾ ਜ਼ਾਲਮ ਸੀ ਉਹ ਔਰੰਗਜ਼ੇਬ ਸੀ, ਉਹਦੇ ਵੱਲੋਂ ਜਦੋਂ ਹਿੰਦੂ ਧਰਮ ਨੂੰ ਤਲਵਾਰ ਦੇ ਜ਼ੋਰ ਨਾਲ ਮੁਸਲਿਮ ਧਰਮ ਵਿੱਚ ਵਿਲੀਨ ਕੀਤਾ ਜਾ ਰਿਹਾ ਸੀ, ਅਤੇ ਉਹ ਕਸ਼ਮੀਰੀ ਪੰਡਿਤ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਗਏ ਸਨ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ 9 ਸਾਲ ਦੀ ਉਮਰ ਦੇ ਸਨ, ਅਤੇ ਉਹ ਗੁਰੂ ਜੀ ਨੂੰ ਆ ਕੇ ਪੁੱਛਦੇ ਆ, ਉਸ ਟਾਈਮ 'ਤੇ ਤਾਂ ਬੱਚੇ ਸਨ ਗੁਰੂ ਗੋਬਿੰਦ ਸਿੰਘ ਜੀ, ਗੁਰਤਾ ਗੱਦੀ ਉਹਨਾਂ ਨੂੰ ਬਾਅਦ 'ਚ ਮਿਲਦੀ ਆ, ਉਹਨਾਂ ਪੁੱਛਿਆ ਵੀ ਪਿਤਾ ਜੀ ਇਹ ਕੌਣ ਲੋਕ ਨੇ, ਤੁਸੀਂ ਇੰਨੀ ਗੰਭੀਰਤਾ 'ਚ ਕਿਉਂ ਜੇ? ਅਤੇ ਉਹਨਾਂ ਕਿਹਾ ਵੀ ਆਹ ਕਹਾਣੀ ਹੈ, ਇਸ ਤਰ੍ਹਾਂ ਇਹਨਾਂ ਦਾ ਜਿਹੜਾ ਧਰਮ ਹੈ ਉਹ ਖਤਰੇ 'ਚ ਹੈ। ਉਹਨਾਂ ਪੁੱਛਿਆ ਹੱਲ ਕੀ ਹੈ? ਕਹਿਣ ਲੱਗੇ ਕਿਸੇ ਧਰਮਾਤਮਾ ਪੁਰਸ਼ ਦੀ ਬਲੀ ਦੀ ਜ਼ਰੂਰਤ ਹੈ। ਅਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਕੀ ਕਿਹਾ? ਉਹਨਾਂ ਕਿਹਾ ਵੀ ਤੁਹਾਡੇ ਤੋਂ ਵੱਧ ਫਿਰ ਧਰਮ ਹੀ ਕਿਹੜਾ, ਜਾਓ। 9 ਸਾਲ ਦੀ ਉਮਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਆਪਣੇ ਪਿਤਾ ਨੂੰ ਦਿੱਲੀ ਨੂੰ ਤੋਰਦੇ ਨੇ। ਅਤੇ ਜੇਕਰ ਅੱਜ ਜਿਸ ਤਰ੍ਹਾਂ ਕੇਂਦਰ ਦੇ ਵਿੱਚ ਇਹ ਔਰੰਗਜ਼ੇਬ ਦੇ ਰੂਪ ਵਿੱਚ ਅੱਜ ਇੱਥੇ ਬੈਠੇ ਇਹ ਫੈਸਲੇ ਕਰ ਰਹੇ ਨੇ, ਤੁਗਲਾਨੀ ਮਾਮਲੇ ਜਿਹੜੇ ਇਸ ਤਰ੍ਹਾਂ ਤੁਗਲਕੀ ਫੈਸਲੇ ਕਰ ਰਹੇ ਨੇ, ਅਤੇ ਇਹ ਮੰਨਣ ਨੂੰ ਤਿਆਰ ਨਹੀਂ, ਮੰਨ ਕੇ ਫਿਰ ਮੁੱਕਰ ਜਾਂਦੇ ਨੇ। ਅਤੇ ਜੇਕਰ ਤੁਸੀਂ ਮੇਰਾ ਜਾਨੀ ਨੁਕਸਾਨ ਕਰ ਦਿੰਦੇ ਹੋ ਜਾਂ ਮੇਰੇ ਬੱਚਿਆਂ ਦਾ ਪਰਿਵਾਰ ਦਾ ਕਰ ਦਿੰਦੇ ਹੋ, ਤਾਂ ਮੈਨੂੰ ਕੋਈ ਵੀ ਚਿੰਤਾ ਨਹੀਂ, ਕੋਈ ਵੀ ਫਿਕਰ ਨਹੀਂ, ਕਿਉਂਕਿ ਉਸ ਗੁਰੂ ਦੇ ਸਿੱਖ ਹੈ ਜਿਹਨੇ ਆਪਣਾ ਸਰਬੰਸ ਲਾਤਾ। ਅਤੇ ਜੇਕਰ ਇਹਨਾਂ ਕਿਸਾਨਾਂ ਦੇ ਖਾਤਰ ਅੱਜ ਕਿਸਾਨੀ ਨੂੰ ਬਚਾਉਣ ਲਈ ਪੂਰੇ ਭਾਰਤ ਦੇ ਲੋਕਾਂ ਦੇ ਉੱਤੇ ਆਉਣ ਵਾਲੇ ਸਮੇਂ 'ਚ ਇਹ ਜਿਹੜੇ ਐਡੇ ਖਤਰਨਾਕ ਬਦਲ ਮੰਡਰਾ ਰਹੇ ਨੇ ਜਿਨ੍ਹਾਂ ਦੇ ਪੇਟ ਦਾ ਸਵਾਲ ਹੈ, ਅਤੇ ਉਹਨਾਂ ਲੋਕਾਂ ਦੀ ਖਾਤਰ ਜੇਕਰ ਮੇਰੀ ਜਾਂ ਮੇਰੇ ਪਰਿਵਾਰ ਦੀ ਕੁਰਬਾਨੀ ਹੋ ਜਾਂਦੀ ਹੈ, ਤਾਂ ਮੈਂ ਸਮਝਾਂਗਾ ਕਿ ਇਹ ਸਸਤਾ ਜਿਹੜਾ ਇਹ ਬੜਾ ਸਸਤਾ ਹੈ, ਇਹ ਮਹਿੰਗਾ ਨਹੀਂ। ਮੈਨੂੰ ਕੋਈ ਚਿੰਤਾ ਨਹੀਂ, ਕਿਉਂਕਿ ਮੇਰਾ ਬੇਟਾ ਜਿਹੜਾ ਮਹਿਤਾਬ ਹੈ ਉਹ ਅੰਮ੍ਰਿਤਸਰ ਦੇ ਵਿੱਚ ਅਲਫਾ ਮੰਨ ਕੇ ਜਿਹੜਾ ਉੱਥੇ ਚੱਲ ਰਿਹਾ ਧਰਨਾ ਚੱਲ ਰਿਹਾ ਉਹ ਉੱਥੇ ਬੈਠਾ, ਔਰ ਮੇਰਾ ਬੇਟਾ ਪ੍ਰਤਾਪ ਸਿੰਘ ਜੋ ਕਿ ਛੱਤੀਗੜ੍ਹ ਰਹਿੰਦਾ ਉਹਨੇ ਵੀ ਕੱਲ੍ਹ ਉੱਥੇ ਟਰੈਕਟਰ ਦੀ ਰੈਲੀ ਅੱਗੇ ਹੋ ਕੇ ਕੱਢੀ ਆ। ਸੋ ਮੈਨੂੰ ਕੋਈ ਚਿੰਤਾ ਨਹੀਂ। ਜੇ ਏਜੰਸੀਆਂ ਪੁੱਛਣਗੀਆਂ ਵੀ ਇਹਦਾ ਪਰਿਵਾਰ ਕਿੱਥੇ ਰਹਿੰਦਾ ਤਾਂ ਸਭ ਨੂੰ ਪਤਾ, ਤਾਂ ਮੈਂ ਦੱਸਣ ਤੋਂ ਵੀ ਝਿਜਕ ਨਹੀਂ ਕਰਦਾ, ਦੱਸ ਦਿੱਤੇ ਆ ਤੁਹਾਨੂੰ ਵੀ ਇਹ ਕਿੱਥੇ ਕਿੱਥੇ ਰਹਿੰਦੇ ਨੇ। ਅਤੇ ਜੇ ਤੁਸੀਂ ਮੇਰਾ ਜਾਂ ਮੇਰੇ ਪਰਿਵਾਰ ਦਾ ਕੋਈ ਨੁਕਸਾਨ ਕਰ ਦਿਓ ਤਾਂ ਮੈਨੂੰ ਕੋਈ ਇਸ ਚੀਜ਼ ਦੀ ਪਰਵਾਹ ਨਹੀਂ, ਜੋ ਮਰਜ਼ੀ ਕਰ ਦਿਓ, ਪਰ ਇਹ ਸੰਘਰਸ਼ ਦੇ ਵਿੱਚੋਂ ਨਾ ਡਰਾਂਗਾ ਅਤੇ ਨਾ ਕਰਾਂਗਾ। ਮੈਂ ਇਕੱਲਾ ਹੀ ਰਹਿੰਦਾ, ਮੇਰੇ ਕੋਲ ਕੋਈ ਪੁਲਿਸ ਨਹੀਂ, ਮੈਂ ਤਾਂ ਲਾਇਸੈਂਸ ਅਪਲਾਈ ਕੀਤਾ, ਮੇਰਾ ਤਾਂ ਪੁਲਿਸ ਵਾਲਿਓ ਇੱਥੋਂ ਦੀ ਅਜਨਾਲਾ ਪੁਲਿਸ ਨੇ, ਉੱਥੋਂ ਦੇ DSP ਸੀ ਤਿਲਕ ਰਾਜ, ਉਹਨੇ ਮੇਰਾ ਲਾਇਸੈਂਸ ਦੀ SHO ਨੇ ਰਿਪੋਰਟ ਕਰਤੀ, ਉਹਨੇ ਕਟਿੰਗ ਕਰਾ ਕੇ ਅਤੇ ਮੇਰਾ ਜਿਹੜਾ ਲਾਇਸੈਂਸ ਸੀ ਉਹ ਵੀ ਰਿਪੋਰਟ ਜਿਹੜੀ ਸੀ ਗਲਤ ਭੇਜੀ, ਅਤੇ ਫਿਰ ਜ਼ਰੂਰਤ ਨਹੀਂ, SHO ਨੇ ਰਿਪੋਰਟ ਲਿਖੀ ਸੀ, ਪਰ DSP ਨੇ ਉੱਥੇ ਕਟਿੰਗ ਕਰਾ ਕੇ ਉਹ ਕਟਿੰਗ ਮੇਰੇ ਕੋਲ ਅੱਜ ਵੀ ਮੈਂ ਰਿਕਾਰਡ ਸੰਭਾਲ ਕੇ ਰੱਖੀ ਆ। ਮੇਰੇ ਕੋਲ ਤਾਂ ਆਪਣਾ ਵੀ ਲਾਇਸੈਂਸ ਨਹੀਂ, ਮੇਰੇ ਕੋਈ ਬਾਡੀਗਾਰਡ ਨਹੀਂ, ਮੈਂ ਕਿਸੇ ਦੂਸਰੇ ਬੰਦੇ ਨੂੰ ਨਾਲ ਲੈ ਕੇ ਨਹੀਂ ਚੱਲਦਾ, ਰਾਤ ਦਿਨ ਫਿਰਦਾ, ਵੇਖਦੇ ਹੋ ਇਕੱਲਾ ਹੀ ਆ, ਜਦੋਂ ਮਰਜ਼ੀ ਕਰ ਦਿਓ, ਇਹ ਕੋਈ ਪਰਵਾਹ ਨਹੀਂ, ਕੋਈ ਡਰ ਨਹੀਂ। ਪਰ ਇੱਕ ਗੱਲ ਸੁਣ ਲਿਓ, ਮੋਦੀ ਜੀ, ਅਮਿਤ ਸ਼ਾਹ ਜੀ, ਇਹ ਇਸ ਟਾਈਮ 'ਤੇ ਇੱਕ ਬਣੇ 130 ਕਰੋੜ ਲੋਕ ਨੇ, ਔਰ ਉਸ ਤੋਂ ਬਾਅਦ ਸਮੁੱਚੇ ਸੰਸਾਰ ਦੇ ਲੋਕਾਂ ਦੀ ਹਮਦਰਦੀ ਇਸ ਕਿਸਾਨੀ ਐਜੀਟੇਸ਼ਨ ਦੇ ਨਾਲ ਹੈ। ਅਤੇ ਜੇ ਕਿਸੇ ਵੀ ਕਿਸਮ ਦੀ ਇੱਥੇ ਕੋਈ ਮਾੜੀ ਘਟਨਾ ਵਾਪਰ ਗਈ, ਜੇ ਤੁਸੀਂ ਕੋਈ ਇਹੋ ਜਿਹਾ ਕੰਮ ਕਰਾਤਾ
ਤੇ ਫਿਰ ਦੁਨੀਆ ਤੁਹਾਡੇ ਤੋਂ ਸਾਖਤਾ ਮੰਗੇਗੀ ਤੇ ਫਿਰ ਅੱਗੇ ਉਹ ਉੱਤੇ ਵੀ ਕੋਈ ਸ਼ਕਤੀ ਹੈਗੀ ਆ, ਉਹ ਅਕਾਲ ਪੁਰਖ ਵੀ ਆ ਜਿਹਦਾ ਸਾਨੂੰ ਭਰੋਸਾ। ਸੋ ਇੰਨੀਆਂ ਬੇਨਤੀਆਂ ਕਰਦਾ ਮੈਂ ਤਾਂ ਖਿਮਾ ਦਾ ਅਜਾਜ ਕਹਾਂ। ਬਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।